ਆਦਿ ਨਰਨੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਅੰਤ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗਿਆਉ ਆਵਾਦ ਕਰਉ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਆਚਾਰੀ ਦੋਇ ਕਰ ਜੋਰ ਕਰਉ ਚਰਣਾ ਪਰ ਜਾਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਨੈ ਉਪਮਾ ਗੁਰ ਕੀ ਗੁਰ ਮੂਰ ਧਿਆਨ ਹਿਰਦੈ ਮੈਂ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ ਡੰਡੋਤ ਬੰਧਨ ਅਨਕ ਵਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇਹ ਕਰ ਹੱਥ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮੂਕੁ ਚਰੈ ਸ਼ਾਸਤਰ ਖਟ ਭੇਂਗ ਗੇਰਣ ਚੜ ਜਾਏ ਅੰਧ ਲਗ ਹੈ ਬਦਰੋ ਸੁਨੇ ਜੋ ਕਾਲ ਕਿਰਪਾ ਕਰਾਏ ਗੁਰ ਨਾਨਕ ਪਰਿਸ਼ੋਤਮ ਪਰਮ ਪਰਾਵਰਨਾਥ ਜੁਗਲ ਚਰਨ ਮੋ ਬੰਦਨ ਧਾਰਕਾਰ ਧਰ ਪਰਮਾਤ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਨੋਂ ਤੇ ਵੱਡ ਅਗੀ ਭਾਵ ਹੈ ਗਤਿ ਬੇਸ਼ਰਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾ ਹਮਰੇ ਗਨਤ ਨਾ ਗਣੀ ਆਕਾਈ ਆਪਣਾ ਬਿਰਦ ਪਸਾਣ ਹਾਥੇ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਿ ਪਛਾਣ ਹਾਥੇ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬਾਂਧ ਪਾਇਆ ਮੇਰਾ ਸਤਿਗੁਰ ਪੂਰਾ ਹੋਏ ਸਰਬ ਕਲਿਆਣ ਰਹਾਉ ਜਿਉ ਪਾਏ ਪਿੰਡ ਜਿਨ ਸਾਜਿਆ ਜਿਤਾ ਪੈ ਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰੂបាន ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰੂបាន ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਸਾਧੂਆਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜਿਓ ਆਪ ਸਾਰੇ ਵੱਡਿਆਂ ਭਾਗਾਂ ਵਾਲੇ ਹੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਰੰਗ ਸਾਹਿਬ ਜੀ ਦੇ ਚਰਨਾਂ ਚ ਸਜ ਕੇ ਬੜੇ ਪਿਆਰ ਆਦਬ ਸਤਕਾਰ ਦੇ ਸਹਿਤ ਸੰਤਵਾ ਜਗਿੰਦਰ ਸਿੰਘ ਜੀ ਗਿਆਨੀ ਜੀ ਅਤੇ ਸਾਰੇ ਸੇਵਾਦਾਰ ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਗੁਰੂ ਮਹਾਰਾਜ ਦੇ ਪਾਵਨ ਚਰਨਾਂ 'ਚ ਸਜ ਕੇ ਜਿਥੇ ਬਾਣੀ ਦੇ ਨਿਤਨੇਮ ਹੋਏ ਹਨ ਔਰ ਸ਼ਬਦ ਕੀਰਤਨ ਵਇਆ ਹੈ ਹਾਫਤਾਵਾਰੀ ਦੀਵਾਨ ਵਿੱਚ ਆਪ ਸਾਰੀਆਂ ਸੰਗਤਾਂ ਹਾਜ਼ਰੀ ਭਰ ਕੇ ਸਮਾਂ ਸਫਲ ਬਣਾ ਰਹੇ ਹੋ ਕੁਝ ਸਮੇਂ ਵਾਸਤੇ ਅੰਮ੍ਰਿਤ ਰੂਪੇ ਪਾਵਨ ਗੁਰवाणी ਦੀ ਕਥਾ ਵਿਚਾਰ ਸਰਵਣ ਕਰਕੇ ਆਪਣੀ ਸੁਰਤੀ ਵਿਰਤੀ ਨੂੰ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੋੜਨਾ ਹੈ ਔਰ ਸਤੂਰਾਂ ਦੀ ਪਾਵਨ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਜੇਸਤ੍ਰਾ ਗੁਰੂ ਸਾਹਿਬ ਨੇ ਸਾਨੂੰ ਬਾਣੀ ਦੁਆਰਾ ਸਿੱਖਿਆ ਦਿੱਤੀ ਹੈ ਅੰਤਰਗੁਰਿਆ ਆਰਾਧਣਾ ਜੇ ਹਵਾਜਾ ਪੁਰਨਾਓ ਨੇਤ੍ਰੇ ਸਤੂਰ ਪੇਖਣਾ ਸ੍ਰਵਣੀ ਸੁਨਣਾ ਗੁਰਨਾਓ ਸਤੂਰ ਸੇ ਤਿਰਤਿਆਂ ਬਰਗ ਹੈ ਪਈ ਹੈ ਠਾਉ ਕਿ ਮੰਨ ਦੀ ਇਕਾਗਰਤਾ ਦੇ ਵਿੱਚ ਸਾਰੀਆਂ ਇੰਦਰੀਆਂ ਨੂੰ ਕਾਬੂ ਵਿੱਚ ਕਰਨਾ ਹੈ ਅੱਖਾਂ ਜਿਹੜੀਆਂ ਉਹ ਗੁਰੂ ਮਹਾਰਾਜ ਦੇ ਦਰਸ਼ਨ ਵਿੱਚ ਕੰਨਾਂ ਨਾਲ ਬਾਣੀ ਸੁਣਨੇ ਹੈ ਰਸ ਨਾਲ ਆਪਣੇ মুখ ਵਿੱਚ ਹੀ ਹਰਿ ਵਲੀ ਯਾਪ ਕਰਨਾ ਹੈ। ਔਰ ਇਸ ਤਰ੍ਹਾਂ ਸਾਰੀਆਂ ਇੰਦਰੀਆਂ ਸੁਕੋਚ ਕੇ ਮਨ ਬੁੱਧੀ ਨੂੰ ਇਕਾਗਰ ਕਰਕੇ ਗੁਰੂ ਦੇ ਸ਼ਬਦ ਨਾਲ ਜੁੜਨਾ ਔਰ ਜੋ ਆਤਮਕ ਰਸ ਹੈ ਉਸ ਨੂੰ ਪ੍ਰਾਪਤ ਕਰਨਾ ਹੈ। ਕੋਈ ਮਾਇਕੀ ਪਦਾਰਥਾਂ ਦੇ ਰਸ ਉਚਨਕ ਮਾਤਰ ਇਹ ਜਿਹੜਾ ਆਪਣੇ ਆਤਮਾ ਦਾ ਰਸ ਇਹਦੇ ਆਸਰੇ ਦੂਏ ਰਸ ਹੈ ਉਹ ਜਿਨ੍ਹਾਂ ਚਾਤਮਾ ਦੀ ਸੱਤਾ ਹੈ ਪਦਾਰਥਾਂ ਦਾ ਮਾਇਆ ਦਾ ਪੈਦਾ ਕਰਨਾ ਔਰ ਇਹਨਾਂ ਪਦਾਰਥਾਂ ਜੋ ਰਸ ਲੈਣਾ ਜੀਂਦਾ ਨਸਾ ਨੇ ਲੈ ਸੌਦਾ ਮਿਰਤਕ ਤੇ ਨਹੀਂ ਨੂੰ ਇਹ ਆਤਮਾ ਦੀ ਸੱਤਾ ਨਾਲ ਜੀਵਨ ਇਹ ਜਿਹੜੇ ਰਾਸਿਆ ਇਹਨਾਂ 'ਚ ਵੀ ਮਲਤੇ ਬਹੁਤ ਹੈ ਸਾਰਾ ਸੰਸਾਰ ਇਹਨਾਂ ਸਵਾਦਾਂ ਵਿੱਚ ਇਹਨਾਂ ਰਸਾਂ ਵਿੱਚ ਲੱਗਿਆ ਹੋਇਆ ਔਰ ਇਹਨਾਂ ਦੀ ਪ੍ਰਾਪਤੀ ਵਾਸਤੇ ਮਾਇਆ ਕਮਉਣ ਲਈ ਕਿੰਨੀ ਕਿੰਨੀ ਮਿਹਨਤ ਕਰਦਾ ਹੈ ਇਹ ਮਾਇਆ ਦੁਆਰਾ ਪਦਾਰਥ ਲਿਆ ਕੇ ਉਹਨਾਂ ਨੂੰ ਬੜੇ ਸ਼ੌਕ ਸ਼ੁਗਲ ਦੇ ਨਾਲ ਤਿਆਰ ਕਰਕੇ ਫੇਰ ਛਕਦਾ ਹੈ ਛਕਣ ਵੇਲੇ ਵੀ ਬੜਾ ਪਦਾਰਥ ਸੁਆਦਲਾ ਹੈ ਪਰ ਕਦੋਂ ਤੱਕ ਜਦੋਂ ਤੱਕ ਉਹ ਰਸਨਾ ਦੇ ਨਾਲ ਛੋਂਦਾ ਹੈ ਜਦੋਂ ਗਲ ਤੇ نیچے ਚਲੇ ਗਿਆ ਪੇਟਾਂ ਨੂੰ ਪਦਾਰਥ ਦੇ ਰਸਤਾ ਸੁਆਦ ਅਨੁਭਵ ਨਹੀਂ ਇਹ ਪੇਟ ਵਿੱਚ ਜਾ ਕੇ ਕੋਈ ਦਰਦ ਵਗੈਰਾ ਪੈਦਾ ਕਰ ਦਈ ਹੈ ਕੋਈ ਐਸਾ ਰੋਗ ਹੋ ਗਿਆ ਉਲਟੀ ਆ ਗਈ ਜਾਂ ਕੋਈ ਹੋਰ ਕਿਰਿਆ ਹੋ ਗਈ ਫਿਰ ਸੋਚਦਾ ਵੇ ਨਾ ਖਾਂਦੇ ਚੰਗਾ ਸੀ ਪਰੋਂ ਤ ਉਹ ਆਪਣਾ ਅਸਰ ਦੇ ਗਿਆ ਇਹ ਉਹ شدیدਾ ਸਹਾਰਾ ਲੈਂਦਾ ਹੈ ਇਹ ਸਾਰੇ ਛਣਕ ਮਾਤਰ ਦੇ ਸਵਾਦ ਇਹਨਾਂ ਨੂੰ ਪ੍ਰਾਪਤ ਕਰਕੇ ਕਈ ਵਾਰੀ ਕਹਿੰਦਾ ਆਨੰਦ ਆਨੰਦ ਸਭ ਕੋ ਕਹੇ ਬੜਾ ਆਨੰਦ ਦਾ ਹਾਰੇ ਕਹਿ ਰਹੇ ਪਰਮਾਰਹਿ ਕਹਿੰਦੇ ਕਹਿਣ ਮਾਤਰ ਜਿਹੜਾ ਉਸ ਲਈ ਆਨੰਦ ਆ ਉਹ ਗੁਰੂ ਤੋਂ ਜਾਣਿਆ ਜਾਂਦਾ ਹੈ ਕਿਉਂਕਿ ਗੁਰੂ ਕਿਰਪਾ ਨਾਲ ਜਦੋਂ ਬੁੱਧੀ ਤੋਂ ਇਹ ਗਿਆਨਤਾ ਦਾ ਪਰਦਾ ਦੂਰ ਹੋਵੇ ਆਤਮਾ ਦੇ ਨਾਲ ਹੀ ਦਾ ਮਲਾਪ ਹੋਵੇ ਫਿਰ ਉਹ ਆਨੰਦ ਹੈ ਆਨੰਦ ਦਾ ਆਨੰਦ ਸੋਖੂ ਕਹੇ ਆਨੰਦ ਗੁਰੂ ਤੇ ਜਾਣਿਆ ਇਹ ਸੰਨੰਦ ਪ੍ਰਾਪਤੀ ਦਾ ਜਿਹੜਾ ਉਸਾਧਨ ਜਾਂ ਮਾਰਗ ਹੈ ਉਹ ਗੁਰੂ ਜੋ ਗਿਆਨ ਦਾਤੇ ਹੈ ਉਹਨਾਂ ਦੁਆਰਾ ਜਾਣਿਆ ਜਾਂਦਾ ਹੈ। ਬਾਕੀ ਜਿੰਨਾ ਸੰਸਾਰ ਹੈ ਉਹ ਕਰਾ ਸਾਨੂੰ ਰਸ ਸਮਝ ਕੇ ਸ਼ਿਨਕ ਮਾਤਰ ਦੇ ਆਨੰਦ ਲਈ ਕਿੰਨੀ ਕਿੰਨੀ ਮਿਹਨਤ ਦੇਸਾਂ-ਪਰਦੇਸਾਂ 'ਚ ਕਿੰਨੇ ਜੋਫਰ ਜਲਦਾ ਹੈ। ਪਰ ਜਦੋਂ ਤੱਕ ਇਹਨੂੰ ਆਪਣੀ ਆਤਮਾ ਦਾ ਆਨੰਦ ਨਹੀਂ ਆਉਂਦਾ ਉਦੋਂ ਤੱਕ ਜਿਹੜੇ ਆਨੰਦ ਆ ਇਹ ਖਿੰਣ ਭੰਗ ਰਿਹਾ ਤੇ ਜਦੋਂ ਤੇ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਉਹ ਤਾਂ ਫਿਰ ਉਸ ਆਨੰਦ ਸਰੂਪ ਦੇ ਵਿੱਚ ਇਹ ਵਿਚਰਦੇ ਇਸ ਕਰਕੇ ਗੁਰੂ ਸਾਹਿਬ ਨੇ ਹਰ ਗੁਰਸਿੱਖ ਪ੍ਰਾਣੀ ਮਾਤਰ ਨੂੰ ਉਸ ਆਨੰਦ ਪ੍ਰਾਪਤੀ ਦਾ ਮਾਰਗ ਸਦਾ ਉਹ ਬਾਣੀ ਦੁਆਰਾ ਦਿਖਾਉਂਦੇ ਹੈ। ਉਹਦੇ ਵਿੱਚ ਕੋਈ ਯੋਗਤੀਆਂ ਬਿਜਾਰਾਂ ਵੀ ਦੱਸਦੇ ਹੈ। ਜੇ ਜੇ ਆਪਾਂ ਉਹਨਾਂ ਨੂੰ ਮੰਨਦੇ ਨਹੀਂ ਜਿਸ ਤਰ੍ਹਾਂ ਕਿਸੇ ਸ਼ਹਿਰ ਨੂੰ ਜਾ ਰਹੇ ਹਾਂ ਮੀਲ ਪੱਥਰ ਗੱਡੇ ਹੈ। ਉਹ ਤੇ ਲਿ ਗਿਆ ਹੁੰਦਾ ਵੀ ਇੰਨੇ ਦੂਰ ਡੰਡਨ ਲੱਗ ਗਿਆ ਜੇ ਤਾਂ ਗੱਡੀ ਲੈ ਕੇ ਚੱਲ ਰਹੇ ਹਾਂ ਇਹ ਤਾਂ ਸਾਡੀ ਬਾਟ ਨਿਬੜਦੀ ਜਾ ਰਹੀ ਹੈ ਕਿ ਜੇ ਮੀਲ ਪੱਥਰ ਨੂੰ ਜਫਾ ਪਾ ਕੇ ਬਹਿ ਗਏ ਫੇ ਤਾਂ ਬਾਟ ਨੀ ਨਾ ਨਿਬੜੇਗੀ ਇਸ ਤਰ੍ਹਾਂ ਅਸੀਂ ਮਨ ਦੇ ਅੰਦਰ ਉਗੈ ਅਸੀਂ ਧਾਰਨਾਵਾਂ ਕਲਪਨਾਵਾਂ ਕੁਝ ਪਕੜਾਂ ਹੈਗੀਆਂ ਉਹਨਾਂ ਨੂੰ ਜਕੜ ਮਾਰ ਕੇ ਬੈਠੇ ਆਂ ਅੱਗੇ ਚੱਲਦੇ ਨਹੀਂ ਤੇ ਇਹਦਾ ਸਾਡਾ ਜ਼ਿੰਦਗੀ ਦਾ ਸਫ਼ਰ ਉਹ ਮੁੱਕਦਾ ਨਹੀਂ ਪੁਰਾਣੇ ਬਜ਼ੁਰਗਾਂ ਨੂੰ ਤਾਂ ਦੇਖਿਆ ਜਦੋਂ ਤੇਲ ਪੀੜਦੇ ਸੀ ਸਰੋਂ ਸੋਰੀਆ ਵਗੈਰਾ ਕੋਲ ਹੁੰਦੇ ਸੀ ਉਹ ਬੈਲ ਚੱਲ ਰਿਹਾ ਉਹਦੇ ਮਨੂ ਖੜ ਲਾ ਦਿੰਦੇ ਐ ਸਵਾਦ ਵਿੱਚ ਤੁਰਿਆ ਜਾ ਰਿਹਾ ਇਹ ਜਿਹੜੀ ਗਾਧੀਆਂ ਨੂੰ ਮੜੀਏ ਸੋਟੀ ਲਾ ਦਿੰਦੇ ਐ ਟਿਕ ਟਿਕ ਹੁੰਦੀ ਆ ਹੋਰ ਦੌੜਦਾ ਦਿਨ ਰਾਤ ਚੱਲੀ ਜਾ ਰਿਹਾ ਪਰ ਉਹਦੇ ਦਵਾਲੇ ਘੁੰਮ ਰਿਹਾ ਉਹਦੀ ਬਾਟ ਨਹੀਂ ਮੁੱਕ ਰਹੀ ਉਹ ਸਮਝਦਾ ਵੀ ਮੈਂ ਜਿਆਦਾ ਦੌੜਾਂਗਾ ਬਾਟ ਮੁੱਕੇ ਗਈ। ਉੰਮੀ ਤੋਂ ਕੋਲੂ ਦੇ ਦੋਲੇ ਜਾਂਦਾ ਨੂੰ। ਉਪੇ ਲੱਗੇ ਹੋਇਆ ਜਾ ਰਿਹਾ। ਬਸ ਇਨਸਾਨ ਵੀ ساری ਜ਼ਿੰਦਗੀ। ਔਰ ਪਹਿਲਾਂ ਪੈਦਲ ਚੱਲਦਾ ਸੀ। ਉਹ ਘੋੜਾ ਅਗਲਾ ਖਚਰਾ ਵੇ। ਇਹਦਾ ਮਿਸ਼ੇਨ ਰਿਯੋਗ ਸ਼ੁਰੂ ਹੋ ਗਿਆ ਰਥ ਭਗੀਆਂ ਸਿਆਂ ਮੋਰਚਾ ਗਲਾਵੈ ਸਕੂਟਰ ਕਾਰਾਂ ਆ ਗਈਆਂ ਹਵਾਈ ਜਹਾਜ਼ ਆਵੇ ਇਹ ਦੁਨਿਆਵੀ ਸਫਰ ਵਿੱਚ ਤਾਂ ਸਹਾਇਕ ਹੋਏ ਐ ਜਿਹੜੀ ਪਰਲੋਕ ਦੀ ਯਾਤਰਾ ਉਹਦੇ ਚੇ ਜਿੰਨੀਆਂ ਵੀ ਤੇ ਚੱਲਣੀਆਂ ਸਵਾਰੀਆਂ ਉਹੀ ਵੀ ਸਾਡੇ ਸਹਾਇਕ ਨੇ ਗੱਲਬਾਤ ਬੜੀ ਨੇੜੇ ਹੋ ਗਈ ਚਿਠੀ ਚਪਟੀ ਬਹੁਤ ਨੇੜੇ ਹੋ ਗਈ ਹੈ ਇੱਥੇ ਮੋਬਾਈਲ 'ਚ ਭਰ ਦੇ ਐ ਉਧਰ ਭੇਜੋ ਪ੍ਰਿੰਟ ਕਰ ਲਓ ਉਸੇ ਵੇਲੇ ਨਿਕਲ ਆਉਂਦੇ ਆ ਯਾਤਰਾ ਇੱਥੇ ਜਲਪਣੀ ਛਗੋ ਇੰਡੀਆ ਜਾ ਕੇ ਲੰਗਰ ਛਗਲੋ ਬੜਾ ਨੇੜੇ ਗੱਲਬਾਤ ਬੜੀ ਨੇੜੇ ਹੋਈ ਹੈ ਪਰ ਇਨਸਾਨ ਇਨਸਾਨ ਤੋਂ ਦੂਰ ਹੁੰਦਾ ਜਾ ਰਿਹਾ ਹੈ ਮਾਤਾ ਪਿਤਾ ਨਾਲੋਂ ਬੱਚਿਆਂ ਦੀ ਦੂਰੀ ਵੱਧਦੀ ਜਾ ਰਹੀ ਹੈ ਪਤੀ ਪਤਨੀ ਭਰਾ ਭਰਾ ਮਿੱਤਰ ਸੱਜਣ ਹੋਰ ਸਤੇਦਾਰੀ ਬਾਕੀ ਨੇੜੇ ਬਹੁਤ ਕੁਛ ਕੀਤਾ ਪਰ ਜਿਹੜੀ ਇਹ ਦੂਰੀ ਹੈ ਦਿਨੋਂ ਦਿਨ ਬਹੁਤ ਵਾਧੀ ਨੇੜੇ ਹੁੰਦੇ ਵੀ ਦੂਰ ਆ ਇੱਕ ਦੂਜੇ ਨਾਲ ਬਚਨ ਦੀ ਸਾਂਝ ਨਹੀਂ ਕੋਲ ਲੈਂਦੇ ਆ ਵੀ ਦੂਰ ਬੈਠੇ ਪਰ ਮਹਾਰਾਜ ਨੇ ਨੇੜੇ ਹੁੰਦਾ ਸਾਧਨ ਦੱਸਿਆ ਕੇ ਸਾਰੇ ਰਿਸ਼ਤਿਆਂ ਤੋਂ ਵੱਡਾ ਰਿਸ਼ਤਾ ਉਹ ਆਤਮਾ ਪਦ ਪਰਮਾਤਮਾ ਦਾ ਹੈ ਜੁੜਨ ਦਾ ਸਾਧਨ ਉਹਦੀ ਪ੍ਰੀਤ ਹੈ ਤੇ ਰੀਤ ਮਰਜਾਦਾ ਹੈ دونك ਜਿਵੇਂ ਭਗਤ ਰਵਦਾਸ ਜੀ ਨੇ ਵਚਨ ਕੀਤੇ ਸੱਚੀ ਜੀ ਪ੍ਰੀਤ ਹਮ ਤੁਮ ਸੋਂ ਜੋਰੀ ਤੁਮ ਸੋਂ ਜੋਰ ਅਵਰ ਸੰਗ ਤੋਰੀ ਇਹ ਸੱਚੀ ਪ੍ਰੀਤੀ ਦੁਨੀਆਂ ਨੇ ਕਰ ਕਰ ਦੇਖ ਲਈ ਪ੍ਰੀਤੀ ਝੂਠੀ ਦੇਖੀ ਜਗਤ ਮੈਂ ਪ੍ਰੀਤ ਆਪਣੇ ਹੀ ਹਿੱਤ ਸੋਂ ਸਭ ਜਗ ਲਾਗੋ ਕਿਆ ਧਾਰਾ ਕਿਆ ਬੀਤ ਇਹ ਸਾਰੇ ਸੁਆਰਥ ਦੀ ਹਨ ਜੇ ਤਾਂ ਲੋੜ ਹੋਵੇ ਫੇ ਤਾਂ ਬਹੁਤ ਵਤੁਈ ਹੈਗੀ ਐ ਇਹ ਲੋੜ ਗਰਜਨੀ ਫੇ ਤੂੰ ਕੌਣ ਤੇ ਮੈਂ ਕੌਣ ਮਤਲਬ ਦੀ ਜੋ ਪ੍ਰੀਤ ਬਹੁਤ देर ਨਹੀਂ ਠਹਿਰਦੀ ਦੁੱਧ ਦੇ ਤਿਆਂ ਧੇਨ ਦੇਵਤਾ ਮਿਹਰ ਦੀ ਮਤਲਬ ਦੀ ਪ੍ਰੀਤੀ ਬਹੁਤੀ देर ਨਹੀਂ ਰਹਿੰਦੀ ਮੇਰੇ ਮਤਲਬ ਨਿਕਲਿਆ ਫੇ ਕੌਣ ਇਹ ਤਾਂ ਗਾਂ ਦੁੱਧ ਦੇਵੇ ਕਹਣੀ ਇਹ ਤਾਂ ਮੇਰ ਦਾ ਦੇਵਤਾ ਜੇ ਫੰਡਰ ਹੋ ਜਾਏ ਫਿਰ ਡਾਂਡੇ ਮਾਰੇ ਕੱਢ ਦਿੰਦੇ ਆ ਪਿੱਛੇ ਤੋਂ ਸੁਣਿਆ ਹੁਣ ਥੋੜੀਆਂ ਗਾਇਆਂ ਬਾਰ ਹੋ ਹੋ ਉੱਥੇ ਮਰ ਗਈਆਂ ਛੱਡ ਦੰਦੇ ਆਵਾਰਾ ਫਿਰਦੀਆਂ ਐਕਸੀਡੈਂਟ ਵੀ ਹੁੰਦੇ ਆ ਤੇ ਡਾਂਗਾ ਫੰਨੇ ਆ ਬਰਛੇ ਫੰਦੇ ਆ ਜ਼ਖਮੀ ਹੋਈਆਂ ਬੇਜਵਾਨੇ ਜਾਨਵਰਾਂ ਦਾ ਕੀ ਹਾਲ ਹੋ ਰਿਹਾ ਕਿਉਂਕਿ ਆਪਣਾ ਸਿਰਫ ਮਤਲਬ ਦੁੱਧ ਨਾਲ ਸੀ ਨਾ ਉਹ ਜਿਵੇਂ ਚਾਰ ਪੰਡਤ ਸਗੇ ਕਿਸੇ ਨੇ ਉਹਨਾਂ ਨੂੰ ਬ੍ਰਾਹਮਣਾਂ ਨੂੰ ਗਾਂ ਮਨਸ ਦਿੱਤੀ ਗਾਂ ਦਾਣਾਂ ਵਾਲੇਨੰਤ ਦੇ ਦਿੱਤੀ ਦੁੱਧ ਦੇ ਸਾਰੇ ਲਾਲਚੀ ਸੀ ਮਤਲਬ ਸੀ ਉਹਨੂੰ ਨਾਲ ਪੱਠੇ ਦਿੱਤੇ ਕੋਈ ਪਾ ਨਹੀਂ ਰਿਹਾ ਹੁਣ ਵਿਚਾਰੀ ਨੂੰ ਮੂੰਹ ਮਾਂ ਮਾਰਨਾ ਕਾਹੂ ਖਾਣਾ ਜਦ ਪੂਰੀ ਖਰਾਬ ਨਹੀਂ ਦੁੱਧ ਕਿਥੋਂ ਹੁਣਾ ਸੀ ਦੁੱਧ ਵਾਸਤੇ ਤਾਂ ਚੱਲੇ ਜਾਣਾ ਤੇ ਦੁੱਧ ਖਰਾਬ ਤੋਂ ਆਣਾ ਸੀ ਉਹ ਉਹਨੂੰ ਵਿਚਾਰੀ ਨੂੰ ਕੋਈ ਦੇਣਾ ਲੈਣਾ ਨਹੀਂ ਉਹ ਬੜੀ ਕਮਜ਼ੋਰ ਹੋ ਗਈ ਅਖੀਰ ਮਰ ਗਈ ਉਹ ਸਾਰੇ ਗਿਆਨ ਤੇ ਤਾਂ ਬ੍ਰਾਹਮਣੀ ਪਰਮਣਿਆ ਤੇ ਆਪਣੇ ਮਤਲਬ ਦਾ ਸੀ ਤੇ ਗਊ ਮਾਤਾ ਦੁੱਧ ਜਿੰਦੀ ਤੇ ਮਾਤਾ ਉਹ ਦੁੱਧ ਨਹੀਂ ਦੋ ਬਿਜਾਰੀ ਭੁੱਖੀ ਮਰ ਗਈ ਇਸ ਵਾਸਤੇ ਸੰਸਾਰ ਜਿਹੜਾ ਉਹ ਮਤਲਬ ਦਾ ਸਵਾਰਥ ਦਾ ਹੈ ਪਰਮਾਰਥ ਦਾ ਨਹੀਂ ਉਨਾਂ ਚਿਰ ਤੋਂ ਦੇਵਤਾ ਸੀ ਤੇ ਉਹ ਦੁੱਧ ਦੇਣੋਂ ਹਟ ਗਈ ਫੰਡਰ ਹੋ ਗਈ ਜੰਬੂ ਚੜਾ ਨੂੰ ਬੜਾਤਾ ਜਾਂ ਡਾਂਡੇ ਮਾਰ ਕੇ ਘਰੋਂ ਕੱਢ ਦਤਾ ਇਹ ਗਾਣ ਤੱਕ ਗੱਲ ਸੀਮਤ ਨਹੀਂ ਹੁਣ ਤਾਂ ਮਾਂ ਪੇਣਾ ਇਹ ਹੀ ਕੁਝ ਹੋ ਰਿਹਾ ਗੱਜ ਕੇ ਬੋਲੋ ਉਹ ਬਰਲੇ ਆ ਗਏ ਗੜਿਓ ਸਰਵਣ ਮੰਗੂ ਬਹਾਦਰ ਬਣ ਕੇ ਸੇਵਾ ਕਰਦੇ ਆ ਮਾਤਾ ਪਿਤਾ ਦਾ ਬਹੁਤ ਵੱਡਾ ਰੈਣ ਹੁੰਦਾ ਜਨਮ ਦਿੱਤਾ ਪਾਲਣਾ ਪੋਸ਼ਣਾ ਕੀਤੀ ਪੜਾਇਆ ਲਿਖਾਇਆ ਵਿਆਹਾ ਕੰਮਾਂ ਵਿੱਚ ਸੱਟ ਕੀਤਾ ਇਹ ਪੰਜ ਪੋਤਿਆ ਕੋਈ ਸੰਭਣ ਨੂੰ ਤਿਆਰ ਨਹੀਂ ਉਹ ਤੱਕੇ ਖੰਦੇ ਫਿਰਦੇ ਜਾਂ ਹਸਪਤਾਲਾਂ ਚ ਜਾ ਕੇ ਉਥੇ ਐਡਮਿਟ ਕਰਾ ਆਉਂਦੇ ਪਿਓ ਸੰਭਣ ਤੇ ਤੁਸੀਂ ਭਈ ਉਹਨਾਂ ਦੀ ਜਾਇਦਾਦ ਪ੍ਰਾਪਰਟੀ ਸੰਭੀ ਇੰਨੀ ਸੇਵਾ ਕੀਤੀ ਤੁਹਾਨੂੰ ਇੱਥੇ ਤੇ ਪਹਚਾਇਆ ਤੇ ਅੱਜ ਵਡਾਪਾ ਆ ਤੇ ਹੁਣ ਉਹ ਰੁੱਲਦੇ ਫਿਰਦੇ ਕਿਉਂਕਿ ਹੁਣ ਸਾਡਾ ਉਹਨਾਂ ਦਾ ਸਵਾਰਥ ਨਿਰਹਿ ਹ ਜਿਹੜੇ ਪਰਮਾਰਥੀ ਬੰਦੇ ਐ ਉਹ دنیਵੀ ਰਿਸ਼ਤਾ ਹੋਵੇ ਜਾਂ ਨਾ ਹੋਵੇ ਸਾਰਿਆਂ 'ਚ ਆਤਮਾ ਪਰਮਾਤਮਾ ਦੀ ਜੋਤ ਜਾਣ ਕੇ ਸੇਵਾ ਕਰਦੇ ਕਈਆਂ ਨੇ ਜੀ ਤੀਮ ਖਾਨੇ ਖੋਲੇ ਬਿਰਦਾ ਆਸ਼ਰਮ ਖੋਲੇ ਆਪਾਹ ਜਾਂ ਵਾਸਤੇ ਸੰਸਥਾਵਾਂ ਬਣਾਈਆਂ ਉਹਨਾਂ ਦੇ ਲੋਲੇ ਪਿੰਗਲਿਆਂ ਵਾਸਤੇ ਪਿੰਗਲਵਾੜੇ ਖੋਲੇ ਗਊਸ਼ਾਲਾਂ ਖੋਲੀਆਂ ਉਹਨਾਂ ਦੀ ਉਹ ਸੇਵਾ ਕਰਦੇ ਆ ਗੁੰਗਿਆਂ ਵਾਸਤੇ ਬੋਲਿਆਂ ਵਾਸਤੇ ਨੇਤਰਾਂ ਦੇ ਜਿਹੜੇ ਹੀਣੇ ਉਹਨਾਂ ਵਾਸਤੇ ਜਿਹੜੇ ਪਰਮਾਰਥੀ ਬੰਦੇ ਆ ਉਹਨਾਂ ਵਿੱਚ ਆ ਉਹਨਾਂ ਨੇ ਉਹਨਾਂ ਤੋਂ ਲੈਣਾ ਦੇਣਾ ਨਹੀਂ ਕੋਈ ਸਵਾਰਥ ਨਹੀਂ ਸਿਰਫ ਸਾਰਿਆਂ 'ਚ ਆਤਮਾ ਪਰਮਾਤਮਾ ਦਾ ਰਿਸ਼ਤਾ ਬਣਾ ਕੇ ਸੇਵਾ ਕਰਦੇ ਆ। ਸਾਰਿਆਂ ਨੂੰ ਵੱਡੀ ਸੇਵਾ ਇਹ ਹੈ ਕਿ ਸਾਰਿਆਂ ਵਿੱਚ ਜੇ ਆਪਾਂ ਉਹਦੀ ਜੋਤ ਸਮਝਾਂਗੇ ਫਿਰ ਤਾਂ ਆਪਾਂ ਕਿਸ ਦਾ ਵਿਰੋਧ ਕਰੇ ਨਹੀਂ ਸਕਦੇ। ਫਿਰ ਤਾਂ ਭਾਈ ਕਨਿਜਾਲੀ ਵਰਤੀ ਬਣ ਜਾਏਗੀ ਨਾ। ਆਹ ਰੈੱਡ ਕਰਾਸ ਦੀ ਹੁਣ ਗੱਲ ਕਰਦੇ ਆ। ਭਾਈ ਕਨਈਆ ਕਿੰਨਾ ਚਿਰ ਪਹਿਲਾਂ ਬਣਾ ਗਿਆ ਇਹ। ਦੁਨੀਆ ਨੂੰ ਇੱਕ ਰਾਸਤਾ ਦਗਾ ਕੇ ਗਏ ਗਏ ਇਸ ਵਾਸਤੇ ਸੱਚੀ ਜੀ ਪ੍ਰੀਤ ਹਮ ਤੁਮ ਸਿਓ ਜੋਰੀ ਪਰ ਜਿਹੜੇ ਦੂਜੇ ਐ ਉਹਨਾਂ ਨੂੰ ਬੜਾ ਕਲੇਸ਼ ਹੈ ਜੀ ਜੀ ਨੇ ਸੱਚੀ ਪ੍ਰੀਤੀ ਜੋੜਿਆ ਨੂੰ ਤੇ ਰੱਬ ਫੇ ਹਰ ਕਾ ਭਗਤ ਪ੍ਰਗਟ ਨਹੀਂ ਛਪਿਆ ਭਗਤ ਭਗਤ ਜਾਗ ਬਜਿਆ ਚੋਂ ਚੱਕਾਂ ਦੇ ਵਿੱਚ ਚਮਰੇਟਾ ਉਹਨਾਂ ਤੋਂ ਬਰਦਾਸ਼ਤ ਨਹੀਂ ਨ ਹੋਇਆ ਉਨੀ ਮੌਕੇ ਦਾ ਜੋ ਬਾਦਸ਼ਾਹ ਸੀ ਸ਼ਿਕਾਇਤ ਕਰਤੀ ਅਰਬਦਾਸ ਜਮਿਆ ਰਿਆ ਸ਼ੂਦਰ ਇਹਨੂੰ ਠਾਕਰਾਾਂ ਦੀ ਪੂਜਾ ਦਾ ਅਧਿਕਾਰ ਨਹੀਂ ਉਹਨੋਂ ਵਿਦੇਸ਼ੀਆਂ ਦਾ ਰਾਜ ਸੀ ਉਹ ਤਾਂ ਜਉਂਦੇ ਸੀ ਜਿੰਨਾ ਚਿਰ ਉਹ ਜੀ ਫੁੱਟ ਪਵੇ ਇਹ ਆਪਸ ਵਿੱਚ ਉਲਦੇ ਰਹਿਣ ਤੇ ਆਪਣਾ ਫੁੱਟ ਪਾਓ ਤੇ ਰਾਜ ਕਰੋ ਚੱਲਦਾ ਰਹੇ ਡਿਵਾਈਡ ਐਂਡ ਰੂਲ ਦੀ ਥਿਊਰੀ ਚੱਲਦੀ ਸੀ ਉਹਨੇ ਰਬਦਾਸ ਨੂੰ ਬੁਲਾ ਲਿਆ ਤੇਰੇ ਤੇ ਭਾਈ ਸ਼ਿਕਾਇਤ ਆ ਤੂੰ ਛੁਦਰਿਆਂ ਤੈਨੂੰ ਠਾਗਰਾਂ ਦੀ ਪੂਜਾ ਦਾ ਅਧਿਕਾਰ ਨਹੀਂ ਉਹ ਕਹਣ ਲਗੇ ਤੇ ਇਹਨਾਂ ਕੋਲ ਸੰਸ ਹੈ ਪੂਜਾ ਦਾ ਕੋਈ ਪ੍ਰਮਾਣ ਪੱਤਰ ਕੋਈ ਸਰਟੀਫਿਕੇਟ ਹੈ ਕਿ ਰੱਬ ਬਨੇ ਉਤੋਂ ਆਕਾਸ਼ ਤੋਂ ਕੋਈ ਹੈ ਸਰਟੀਫਿਕੇਟ ਸਿਟਿਆ ਪਈ ਇਹਨਾਂ ਨੂੰ ਅਧਿਕਾਰ ਆ ਵੀ ਮੈਨੂੰ ਨਹੀਂ ਹੈ ਤੇ ਚਲੋ ਆਪਾਂ ਇਹਦਾ ਫੈਸਲਾ ਠਾਗਰਾਂ ਤੋਂ ਹੀ ਲੈ ਲੰਨੇ ਆ ਉਹ ਕਹਿੰਦੇ ਵੀ ਗੱਲ ਠੀਕ ਹੈ ਬਾਦਸ਼ਾਹ ਕਹਣ ਲਗਾ ਕਹਿੰਦੇ ਉਹ ਕਿਵੇਂ ਕਹਿੰਦੇ ਐਉਂ ਆ ਤੇ ਜਿਹੜੇ ਬ੍ਰਾਹਮਣ ਨਾ ਇਹ ਆਪਣੇ ਠਾਕਰ ਗੰਗਾ ਤੋਂ ਪਰਲੇ ਪਾਸੇ ਰੱਖ ਦਣ ਤੇ ਮੈਂ ਵੀ ਰੱਖ ਦਣ ਕਹਿੰਦੇ ਵੀ ਗੱਲ ਠੀਕ ਆ ਉਹ ਬ੍ਰਾਹਮਣ ਬੜੀ ਸੁੰਦਰ ਚੌਂਕੀ ਬਣਵਾਈ ਰਮਾਲੇ ਰਮੁਲੇ ਵੀ ਸੋਹਣੇ ਸੰਖ ਪੂਰੇ ਧੂਪ ਬਤੀਆਂ ਆਰਤੀਆਂ ਤਾਰੀਆਂ 16 ਪ੍ਰਕਾਰ ਦੀ ਪੂਜਾ ਕੀਤੀ ਅਗਰ ਆਤੇ ਪਰਲੇ ਪਾਸੇ ਸ਼ਾਂਖ ਵਜਾ ਰਹੇ ਉੱਲੇ ਪਾਸੇ ਕੁੰਡ ਬਣਾਇਆ ਹੋਇਆ ਹਵਨ ਕਰ ਰਹੇ ਆ ਵੇਦਾਂ ਦੇ ਮੰਤਰ ਪੜ੍ਹ ਰਹੇ ਆ ਆਵਾਹਨ ਕਰ ਰਹੇ ਠਾਕਰਾਂ ਨੂੰ ਬੁਲਾਉਣ ਵਾਸਤੇ ਖੜਤਾਲਾਂ বাজავੀਆਂ ਕਰ ਰਹੇ ਹਰਵिलास ਬੈਠਾ ਆਨੰਦ ਚ ਆਪਣੀ ਸੁਰਤੀ ਜੋੜੀ ਹੋਈ ਮਹਾਰਾਜ ਨੂੰ ਇੱਕ ਫੱਟੇ ਤੇ ਉਹ ਨਹੀਂ ਵੀ ਰਾਸਤੇ ਉੱਥੇ ਤੇ ਹੁਣ ਪਰਮਾਤਮਾ ਦੀ ਕਲਾ ਚੇਤਨ ਨੂੰ ਜੜ ਜੜ ਨੂੰ ਅਚੇਤਨ ਕਰ ਸਕਦਾ ਇਹ ਤੋਂ ਉਦੀ ਕਲਾ ਨੂੰ ਜੜ ਚੀਜ਼ਾਂ ਹੁਣ ਸਾਡਾ ਸਰੀਰ ਜੜ ਆ ਆਤਮਾ ਚੇਤਨ ਸ਼ਕਤੀ ਰੱਖੀ ਐ ਤੇ ਅਸੀਂ ਭਜੇ ਨਾ ਠੇ ਫਿਰਦੇ ਆ ਜੇ ਆਤਮਾ ਸੱਤਾ ਕੱਢ ਲੈ ਤੇ ਸਰੀਰ ਜੜ ਹੋ ਜਾਂਦਾ ਕਿ ਨਹੀਂ ਪਿਆਦਾ ਇਹਨੂੰ ਕਿਰਿਆ ਕਰਨ ਵਾਸਤੇ ਵੀ ਦੂਏ ਚੋਕੇ ਲੈ ਜਾਂਦੇ ਆ। ਬਾਹਰ ਵੀ ਕੋਈ ਸੇਵਾਦਾਰ ਲਾਓ ਬੱਚੇ ਨਾਲ ਥੋੜਾ ਰੌਲਾ ਰੱਪਾ ਕਰਦੇ ਆ ਸਾਰੀ ਸੰਗਤ ਦੀ ਪਰੇਸ਼ੀ ਹੁੰਦੀ ਆ। ਉਹ ਸਾਧ ਸੰਗਤ ਜੀ। ਉੰਦੇਲੇ ਰੱਖੇ ਆ ਉਹ ਬੜੇ ਜੀ ਨਰਸਿੰਘੇ ਫੜੇ ਹੋਏ ਬਿਜਾਰ ਰਹੇ। ਤੇ ਤਾਂ ਹੀ ਗਬੀਰ ਜੀ ਨੇ ਕਿਹਾ ਕਿ ਹੈ ਮੌਲਵੀ ਤੂੰ ਬਾਂਗਾ ਦੇ ਰਿਹਾ ਕੀ ਖਦਾ ਬੋਲਾ ਹੈ ਖਦਾ ਬੋਲਾ ਤੇ ਨਹੀਂ ਇਹਨੇ ਉੱਚੀ ਤੋਂ ਬਾਂਗਾ ਦੇ ਰਿਹਾ ਸਾਈਨ ਬਹਿਰਾ ਹੋਏ ਪਹਿਨੇ ਨਰ ਸੰਗੇ ਵਜਾ ਰਿਹਾ ਉੱਚੀ ਉੱਚੀ ਆਵਾਜ਼ਾਂ ਦੇ ਰਿਹਾ ਖਦਾ बोला ਨਹੀਂ ਹੈ ਉਹ ਤਾਂ ਸਾਰਿਆਂ ਦੇ ਹਿਰਦੇ 'ਚ ਬੈਠਾ ਸਾਡੇ ਕੰਨ ਉਹਦੇ ਦੁਆਰਾ ਸੁਣਦੇ ਆਂ ਸਾਡੀਆਂ ਅੱਖਾਂ ਉਹਦੇ ਦੁਆਰਾ ਦੇਖ ਰਹੀਆਂ ਸਾਡੀ ਜ਼ੁਬਾਨ ਉਹਦੇ ਦੁਆਰਾ ਬੋਲ ਰਹੀ ਹੈ ਸਾਡੇ ਪੈਰ ਉਹਦੇ ਦੁਆਰਾ ਗਮਨ ਕਰ ਰਹੇ ਸਾਡੇ ਹੱਥ ਉਹਦੀ ਸੱਤਾ ਨਾਲ ਫੜ ਰਹੇ ਸਾਡਾ ਮਨ ਉਹਦੀ ਸੱਤਾ ਨਾਲ ਕੋਈ ਚੰਗਾ ਫੁਰਨਾ ਕਰਦਾ ਬੁੱਧੀ ਉਹਦੀ ਸੱਤਾ ਨਾਲ ਨਿਸ਼ਚਾ ਕਰਦੀ ਹੈ ਉਹਦੀ ਸੱਤਾ ਤੋਂ ਬਿਨਾਂ ਕੁਝ ਵੀ ਨਹੀਂ ਸਾਡੇ ਕੰਨ ਤਾਂ ਉਹਦੀ ਸੱਤਾ ਨਾਲ ਸੁਣਦੇ ਐ ਤੇ ਜਿਹਦੀ ਸੱਤਾ ਨਾਲ ਕੰਨ ਸੁਣਦੇ ਐ ਤੂੰ ਉਹਨੂੰ ਸੁਣਾ ਰਿਹਾਂ ਭਾਂਗ ਦੇ ਕੇ ਇਹਦਾ ਮਤਲਬ ਬੜਾ ਖਦਾ ਬੋਲਾ ਹੋਏਗਾ ਜਿਹੜਾ ਇੰਨੀ ਉੱਚੀ ਭਾਂਗ ਦੇ ਰਿਹਾ ਬਹੁਤ ਉੱਚੀ ਬੋਲਦੇ ਨੇ ਸਵੇਰ ਸੁਆਸਤੇ ਰਬਦਾਸ ਜੀ ਉਮ ਬੈਠੇ ਅੰਤਰਾਦਿ ਮੈਂ ਅਰਦਾਸ ਕੀਤੀ ਕੋਲ ਉਹਦਾ ਫਟਾਉ ਸੀ ਨਾ ਜਿਵੇਂ ਬਿਜਲੀ ਨਾ ਜਾਂ ਸਟੀਮ ਨਾ ਕਿਸ਼ਤੀ ਚਲਦੀ ਆ ਐਉਂ ਗੰਗਾ ਦੀ ਸੱਤਾ ਉਤੇ ਉਹ ਭਜਿਆ ਜਾ ਰਿਹਾ ਉਹ ਉਥੇ ਪਿਆ ਯੇਲੇ ਵਾਲੇ ਕਿਨਾਰੇ ਆ ਗਿਆ ਤੇ ਤਮਾਸ਼ੀ ਮੀਨ ਉਥੇ ਬਹੁਤ ਇਕੱਠੇ ਹੋਏ ਸੀ ਮੋਕੇ ਲੋਕ ਜਿਹੜੇ ਤਮਾਸ਼ੀ ਨੂੰ ਦੇਖਦੇ ਹੁੰਦੇ ਸੀ ਦੇਖੀਏ ਭਈ ਇਹਨਾਂ ਦੇ ਠਾਕਰ ਆਉਂਦੇ ਕਨੇ ਰਵਦਾਸ ਦੇ ਆਉਂਦੇ ਕ ਬ੍ਰਾਹਮਣਾਂ ਦੇ ਆਉਂਦੇ ਆ ਉਹਦੇ ਚੌਂਕੀ ਉੱਥੇ ਪਈ ਬਥੇ ਰੇਟਾ ਲਖੜਗਾਈ ਗਏ ਸੰਖ ਭਜਾਈ ਗਏ ਉਹ ਰਵਦਾਸ ਜਰ ਨੇ ਇੱਕ ਸਾਦੇ ਜਿਹੇ ਫੱਟੇ ਤੇ ਰੱਖਿਓ ਸੀ ਉਹ ਆ ਗਿਆ ਹਰਲੇ ਕਿਨਾਰੇ ਰਵਦਾਸ ਹੀ ਗਣ ਲਗੇ ਬਾਦਸ਼ਾਹ ਸਲਾਮਤ ਹੁਣ ਦੱਸੋ ਬਕੀਨੂ ਅਧਿਕਾਰ ਆ ਹੁੰਦਾ ਢਾਗਰ ਨੇ ਫੈਸਲਾ ਕਰਤਾ ਹੁਣ ਫੈਸਲਾ ਉਹਨੇ ਆਪੇ ਕਰਤਾ ਉਹ ਬ੍ਰਾਹਮਣ ਦੇਖਣ ਧਰਤੀ ਬੇਲਨ ਦੇ ਹੁਣ ਜਾਈਏ ਕਿੱਧਰ ਆਪੇ ਫਾਥੜੀਏ ਤੈਨੂੰ ਕੌਣ ਛਡਾਏ ਫਾਸਤਾ ਆਪੇ ਹੀ ਕਹਿੰਨੇ ਸ਼ਿਕਾਇਤ ਕਰਕੇ ਚਾਹੁੰਦੇ ਤੇਰੇ ਉਦਾਸ ਨੂੰ ਪਸਾਈਏ ਪਰ ਉਦਾਸ ਸੱਚਾ ਭਗਤ ਸੀ ਜਿਹੜਾ ਸੱਚਾ ਸੁਧੀ ਮਾਰੇ ਨੇ ਲਾਜ ਰੱਖਣੀ ਰੱਖਣੀ ਸੀ ਉਸ ਵੇਲੇ ਫੇ ਸ਼ਬਦ ਕਿਹਾ ਨਾ ਸਾਚੀ ਜੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਤੁਮ ਨਾ ਤੋਰਾ ਤੋ ਹਮ ਨਹੀਂ ਤੋਰਾ ਇੱਥੇ ਸੰਪਰਦਾਇ ਦੋ ਪਾਠ ਆ ਤੁਮਨ ਤੋਰਾ ਤੋ ਹਮ ਨਹੀਂ ਤੋਰਾ ਜੇ ਮਾਰਾ ਤੁਸੀਂ ਨਹੀਂ ਤੋੜੋਂਗੇ ਅਸੀਂ ਨਹੀਂ ਜੇ ਦੀ ਤੁਸੀਂ ਤੋੜ ਲਾਉਂਗੇ ਤੇਰਾ ਤਾਂ ਸਾਡੇ ਬਿਨਾ ਗੁਜ਼ਾਰਾ ਹੋ ਜਾਊ ਸਾਡਾ ਤੇਰੇ ਬਿਨਾ ਹੋਣਾ ਨਹੀਂ ਅਸੀਂ ਨਹੀਂ ਤੇਰਨਾ ਤੋੜਾਂਗੇ ਸੁਏ ਸੁਆਸਤੇ ਇਹ ਤਾਂ ਹੈ ਉਹਨਾ ਗੁਰਮਾਖਾਂ ਦੀਆਂ ਵਿਚਾਰਾਂ ਜਿਨ੍ਹਾਂ ਦੇ ਅੰਦਰ ਇਹ ਭਾਵਨਾ ਬਣ ਜਾਂਦੀ ਹੈ ਉੱਥੇ ਕੋਈ ਜਾਤੀ ਭੇਤ ਕੌਮੀ ਮਜਬੀ ਉਹ ਪਰਮੇਸ਼ਰ ਅੰਤਰ ਜਾਮੇ ਆ ਉਹ ਅੰਦਰ ਦੀਆਂ ਜਾਣਦਾ ਕੌਣ ਕਿੱਥੇ ਆ ਉਹdna ਹਿਰਾ ਫੇਰੀ ਠਗੀ ਠੋਰੀ ਨਾ ਚਲਦੀ ਤੇ ਅੱਜ ਦਾ ਜਿਹੜਾ ਸ਼ਬਦ ਕੁਦ ਚ ਬੇਨਤੀ ਗੁਰੂ ਮਾਰਨ ਕਰਨ ਦੀ ਸਾਨੂੰ ਸਿੱਖਿਆ ਦਿੱਤੀ ਹੈ ਕਿ ਪਾਤਸ਼ਾਹ ਸਾਡੇ ਤੇ ਰਹਿਮਤ ਕਰੋ ਸਾਡੇ ਤੇ ਕਿਰਪਾ ਕਰੋ ਜੀ ਤੇ ਕਿਰਪਾ ਵੇ ਹੋ ਜਾਂਦੀ ਐ ਨਾ ਭਗਤ ਨਾਮਦੇਵ ਜੀ ਦੇ ਸੇਵਕ ਹੋਇਆ ਮਹਾਂਪੁਰਖ ਮਹਾਰਾਸ਼ਟਰ ਦੇ ਸੰਤ ਤੁਕਾਰਾਮ ਜੀ ਪ੍ਰੇਮੀਆਂ ਨੇ ਬੇਨਤੀ ਕੀਤੀ ਮਹਾਰਾਜ ਹਰ ਕੋ ਸੰਤ ਨੇ ਕੋਈ ਨਾ ਕੋਈ ਕੁਰੇਸ਼ਮਾ ਕਰਾਮਾਤ ਦਿਖਾਈ ਹੈ ਤੇ ਆਪ ਜੀ ਨੇ ਸਾਰੀ ਜ਼ਿੰਦਗੀ ਚ ਇਹਨੇ ਗੰਭੀਰ ਰਿਜ਼ਰਵ ਰਹੇ ਕਦੀ ਕੋਈ ਕੌਤਕ ਕੋਈ ਕਰਾਮਾਤ ਨਹੀਂ ਦਿਖਾਈ ਤੇ ਸੰਤੁਖਾਰਾਮ ਜੀ ਕਹਿੰਦੇ ਭਾਈ ਇਹ ਪ੍ਰਮਾਤਮਾ ਦੇ ਹੁਕਮ ਚ ਹੀ ਹੈ ਜਦੋਂ ਸਮਾਂ ਆਏਗਾ ਨਾ ਫਿਰ ਇਹੋ ਜੀ ਕਰਾਮਾਤ ਦਿਖਾਵਾਂਗੇ ਆਮ ਕਿਸੇ ਨੇ ਨਹੀਂ ਦਿਖਾਈ ਹੋ ਜਿਹੜਾ ਫਿਰ ਤੁਕਾਰਾ ਮਰਗਾ ਹੋ ਉਹ ਹੀ ਦਿਖਾਊਗਾ ਗੱਜਕੇ ਬੋਲੋ ਵਾਹਿਗੁਰੂ ਜੇਲੇ ਉਹਨਾਂ ਦਾ ਸਮਾਂ ਆ ਗਿਆ ਨਾ ਮਹਾਂਪੁਰਖਾਂ ਨੂੰ ਪਤਾ ਹੁੰਦਾ ਪਹਿਲਾਂ ਬਾਕੀ ਦੁਨੀਆ ਤਾਂ ਮੌਤ ਦਾ ਨਹੀਂ ਨਾ ਪਤਾ ਕਦੋਂ ਆ ਜਾਣੀ ਕਿਵੇਂ ਆ ਜਾਣੀ ਕਿੱਥੇ ਆਉਣੇ ਨੇ ਦੇਸ਼ ਕਲ ਬਸ ਤੂ ਜਿਹੜੇ ਮਹਾਪੁਰਖ ਨੂੰ ਅਨੁਸਾਰਾ ਗਿਆਨ ਹੁੰਦਾ ਇਹਲੇ ਸਮਾ ਆਇਆ ਚਨਨ ਪਾਣੀ ਕੀਤਾ ਸਮਾਧੀ ਜਿ ਬੈਗਾ ਉਹਦਾ ਚੰਤਨ ਕਰਦੇ ਤੇ ਸ਼ਰੀਰ ਧਿਆਵਤਾਂ ਸ਼ਰੀਰ ਜਾ ਰਿਹਾ ਆਕਾਸ਼ ਵੱਲ ਦੁਨੀਆ ਦੇਖ ਰਹੀ ਹੈ ਮੋੜ ਕੇ ਅੱਜ ਤੱਕ نیچے ਨਹੀਂ ਆਏ ਮੁੜ ਕੇ ਨਹੀਂ ਸ਼ਰੀਰ ਥੱਲੇ ਆਉਂ। ਕਹਿੰਦੇ ਲੋਕ ਦਿਖਾ ਦਿੰਨੇ ਆ ਜੀਂਦੇ ਜੀ ਨਹੀਂ। ਇਹਦਾ ਨਾਟਕੀ ਚੇਟਕੀ ਬਣ ਜਾਂਦੀ ਨਾ। ਬਾਜ਼ੀਗਰੀ ਵਿਦਿਆ ਬਣ ਜਾਂਦੀ। ਤੇ ਮੁੜ ਕੇ ਦੇ ਲੋ ਸ਼ਰੀਰ ਨਹੀਂ। ਕਿਉਂਕਿ ਪੜ ਤਾਂ ਆਪਾਂ ਵੀ ਲੈਨੇ ਨਾ ਪਵਨੇ ਮੈਂ ਪਵਨ ਸਮਾਇਆ। ਪੜ ਲੈਣਾ। ਗਾਲਣਾ ਹੋਰ ਚੀਜ਼ ਐ ਪਰ ਉਸ ਮਜਲ ਤੇ ਪਹੁੰਚ ਕੇ ਤਤਾਂ ਨੂੰ ਤਤਾਂ ਵਿੱਚ ਆਤਮਾ ਨੂੰ ਆਤਮਾ ਵਿੱਚ ਮਿਲਾਉਣਾ ਉਹ ਵੀ ਤੁਕਾਰਾmargਾ ਕੋਈ ਸੰਤ ਹੋਵੇ ਉਹ ਹੀ ਕਰ ਸਕਦਾ ਉਹ ਤੇ ਕੋ ਭੇਖਦਾ ਨਹੀਂ ਜਾਤ ਦਾ ਨਹੀਂ ਮਜਬਦਾ ਨਹੀਂ ਆਪਣੇ ਗੁਰ ਸਿੱਖਾਂ ਨੂੰ ਦੇਖੋ ਉਹ ਨਾਨਕ ਪਾਤਸ਼ਾਹ ਦਾ ਆਪੇ ਸੀ ਕਰਤਾਰਪੁਰ ਸਭ ਕੋ ਤੋਂ ਗਿਆ ਕਿ ਬਾਬੇ ਬਕਾਲੇ ਮਾਤਾ ਗੰਗਾ ਜੀ ਨੇ ਗੋਤੋਂ ਕੀਤਾ ਹਜੂਰ ਸਾਹਿਬ ਦਾ ਸੰਪਾਦਸ਼ਾਨ ਉਹਨਾਂ ਦੀ ਮੌਜ ਹੈ ਜਿਹੜੇ ਸਮਰੱਥ ਪੁਰਖ ਉਹ ਜਿਵੇਂ ਚੋਣ ਓਮੇ ਕਰ ਸਕਦੇ ਕਿਉਂਕਿ ਉਹਨਾਂ ਦਾ ਇਤਨਾ ਵੱਡਾ ਗਿਆਨ ਵਿਚਾਰਿਆ ਉਸ ਮਾਲਕ ਨਾ ਹਰ ਵੇਲੇ ਅਪੇਦ ਸਰੂਪਿਆ ਗੁਰੂ ਮਹਾਰਾਜ ਆਪੇ ਹੀ ਹੈ ਉਹਨਾਂ ਭਗਤਾਂ ਨੂੰ ਵੀ ਇਹਨੀ ਸ਼ਕਤੀ ਦਿੱਤੀ ਹੈ ਇਸ ਕਰਕੇ ਜਿਨ੍ਹਾਂ ਨੇ ਬੇਨਤੀ ਕੀਤੀ ਉਹਦੇ ਨਾਮ ਦਾ ਅਭਿਆਸ ਕੀਤਾ ਔਰ ਗੁਰੂ ਦੇ ਹੁਕਮ ਵਿੱਚ ਭਗਤ ਨਾਮਦੇਵ ਜੀ ਨੂੰ ਬੜੀ ਸੰਤ ਮੰਡਲੀ ਇਕੱਠੀ ਹੋ ਗਈ ਮੁਗਤਾmbavi ਬਹੁਤ ਵੱਡੇ ਮਹਾਪੁਰਖ ਹੋਇਆ ਉਹ ਗੋਰਾ ਖਮਿਆਰ ਸੀ ਪ੍ਰਜਾਪਤ ਉਹਨੂੰ ਕਹਿੰਦੇ ਸਾਰਿਆਂ ਦੇ ਸਿਰ 'ਚ ਨਾ ਥੋਲੇ ਮਾਰ ਕੇ ਆ ਬਾਕੀ ਦਾ ਬੈਠੇ ਰਹਿ ਨਾਮਦੇਵ ਕਹਿੰਦਾ ਵੀ ਇਹ ਤਾਂ ਬੜਾ ਮਾੜਾ ਕੀਤਾ ਮੇਰੇ ਨਾਂਉਂ ਕੀਤੀਏ ਉਹ ਗੋਰੇ ਨੂੰ ਮੁਗਤਾਂ ਬਾਈ ਮਾਤਾ ਪੁੱਛਦੀ ਆ ਸੁਣਾਓ ਕਿਵੇਂ ਐ ਕਹਿੰਦੇ ਜੀ ਬਾਕੀ ਤਾਂ ਠੀਕ ਠਾਕ ਆ ਹਾਲੇ ਨਾਮਦੇਵ ਦਾ ਭਾਂਡਾ ਕਚਾ ਉਹਨੇ ਕਿਹਾ ਅੱਧ ਹੋਈ ਵੀ ਮੈਂ ਤਾਂ ਇਸ ਤਰ੍ਹਾਂ ਉਹ ਕਹਿੰਦੇ ਹੁਣ ਤੁਸੀਂ ਨਾ ਵਿਸ਼ੋਭਾ ਖੇਚਰ ਦੇ ਪਾਸ ਜਾਓ ਜਿਲੇ ਉੱਥੇ ਭਗਤ ਨਾਮਦੇਵ ਗਏ ਨਾ ਉਹ ਸ਼ਿਵਜੀ ਦਾ ਮੰਦਿਰ ਸੀ ਉਹ ਸ਼ਿਵਲੰਗ ਦੇ ਉੱਤੇ ਦੋਨੋਂ ਪੈਰ ਰੱਖ ਕੇ ਲੇਟੇ ਹੋਏ ਤੇ ਨਾਮਦੇਵ ਨੇ ਕਿਹਾ ਵੀ ਸੰਤ ਕਿਹੋ ਜਿਹਾ ਮੈਨੂੰ ਇਹਦੇ ਕੋਲ ਭੇਜਿਆ ਈ ਤੂੰ ਮੈਨੂੰ ਗਿਆਨ ਕੀ ਮਿਲੂਗਾ ਇਹ ਤਾਂ ਕਿਵੇਂ ਮਹਾਦੇਵ ਦੇ ਹਾਂਜੀ ਬੇਦਵੀ ਕੀਤੀ ਐ ਦੋਏ ਪੈਰ ਰੱਖ ਕੇ ਉੱਤੇ ਰਾਮ ਨਾਲ ਲਟਿਆ ਹੋਇਆ ਉਹ ਹੈ ਮਹਾਂਪੁਰਖ ਕਹਿੰਦੇ ਨਾਮਦੇਵ ਜਿੱਧਰ ਮਾਹਦੇਵ ਦਾ ਕੋਈ ਚਿੰਨ ਨਹੀਂ ਨਾ ਮੈਨੂੰ ਉਧਰ ਕਰ ਦੇ ਉਹ ਜਿਹੜੇ ਪੈਰ ਫੜ ਕੇ ਘਮਾਉਣ ਲੱਗੇ ਤੇ ਚਾਰ ਛੇਰੇ ਨਜ਼ਰ ਆ ਰਹੇ ਆ ਕਹਿੰਦੇ ਨਾਮਦੇਵ ਜਦੋਂ ਤੱਕ ਜਰਰੇ ਜਰੇ ਪ੍ਰਮਾਤਮਾ ਨਹੀਂ ਦੇਖਦਾ ਉਦੋਂ ਤੱਕ ਮਜ਼ਲ ਨਹੀਂ ਪੂਰੀ ਹੁੰਦੀ ਹੁੰਦੀ ਅੱਜ ਸਾਡੀ ਦ੍ਰਿਸ਼ਟੀ ਵੀ ਇਹ ਹੀ ਹੈ ਜੇ ਜੀ ਜੀ ਕਾਮਨਾ ਤੇ ਸਾਥ ਤੇ ਉਸ ਦਾ ਆਰਾਮ ਜੇ ਉਹ ਜੀ ਕਿਸ ਦੀ ਕਾਮਨਾ ਉਹ ਉੱਥੇ ਬਸ ਖੜਾ ਦੂਏ ਜੀ ਨਹੀਂ ਦੇਖ ਰਿਹਾ ਪਰ ਜਦੋਂ ਉਹ ਸਵਸਥਾ ਵਿੱਚ ਪਹੁੰਚ ਜਾਂਦਾ ਇਹਦਾ ਸਭ ਘਟ ਰਾਮ ਬੋਲੇ ਹਰਾਮਾ ਬੋਲੇ ਆਰਾਮ ਬਿਨਾ ਕੋ ਬੋਲਰ ਤੇ ਭਾਈ ਨਾਮਦੇਵ ਕਿੱਥੇ ਪਹੁੰਚ ਗਿਆ ਕੁਮੇ ਮਹਾਂਪੁਰਖਾਂ ਦੀ ਮਾਰ ਖਾ ਖਾ ਕੇ ਫੇਰੇ ਮਜ਼ਲਾ ਮਿਲਦੀ ਹੂ ਕਬੀਰ ਸਾਹਿਬ ਨੂੰ ਗਾਣ ਲੱਗੇ ਮਹਾਰਾਜ ਇੱਕ ਮਾਤਾ ਸਹਜੋਬਾ ਵੀ ਹੈ ਉਹ ਦਾ ਗਿਆਨ ਅਰੂੜ ਅਵਸਥਾ ਦੇ مالک ਹਾਂ ਜਿਵੇਂ ਡਾਕਟਰ ਚੰਗੇ ਡਾਕਟਰ ਕੋ ਜਾਂਦਾ ਆਪਣਾ ਹੋਰ ਪ੍ਰੈਕਟੀਕਲ ਵਧੇ ਹਰ ਕੋ ਨੂੰ ਹੁੰਦਾ ਕਿਸੇ ਵੀ ਫਕਦਾ ਹੋਵੇ ਜਿਹੜੇ ਮਹਾਪੁਰਖ ਆ ਉਹਨਾਂ ਚ ਵੀ ਹੁੰਦਾ ਤੇ ਜੇ ਬਹਿ ਜਾ ਬਈ ਮੈਂ ਹੀ ਸਭ ਕੁਝ ਆ ਫੇਰ ਤਾਂ ਖਾਲੀ ਰਹਿ ਜਾਗਾ ਨਾ ਕਹਾਂ ਲੁਗੇ ਚਲੋਗੇ ਆਪਾਂ ਨੂੰ ਕੀ ਐ ਮਾਤਾ ਸਹਿਜੋਬਾਈ ਦੇ ਦਰਸ਼ਨ ਕਰਦੇ ਆਂ ਉਥੇ ਮਾਣੀਆਂ ਕਠੀਆਂ ਆਂ ਅਸੀਂ ਆਂ ਉਹ ਪਾਥੀਆਂ ਦੇ ਲੜੀ ਜਾਂਦੇ ਆਂ ਪਾਥੀਆਂ ਦਾ ਪਤਾ ਗੁੜੀਓ ਉਹ ਬਰਾਨੀ ਨੂੰ ਤਾਂ ਪਤਾ ਨਾ ਉਹਨਾਂ ਮੀਆਂ ਉਧਰ ਗਏ ਨਾ ਤੇ ਨੰਦ ਖਾ ਲਿਓ ਹੁਣ ਤਾਂ ਉੱਥੇ ਵੀ ਗਿਆ ਸੀ ਆ ਗਈ ਚਲੇ ਚਲੇ ਮੇਲੇ ਸਹੀਂ ਗਰੀਬਾਂ ਦੇ ਰਹਿ ਗਾ ਉਹ ਆਪਣੇ ਨਾ ਪਾਥੀਆਂ ਦੇ ਲੜ ਰਹੀ ਜਾਂਦੀ ਤੇ ਸਹਜੋ ਵੀ ਜਿਆਦਾ ਰੌਲਾ ਪਾਏ ਕਬੀਰ ਨੇ ਕਿਹਾ ਮੈਂ ਤਾਂ ਸੁਣਿਆ ਸੀ ਹੈ ਇਹ ਆਤਮਾ ਅਰੂੜ ਬਿਰਤੀ ਦੀ ਮਾਲਕ ਬਹੁਤ ਉੱਚੀ ਆਪਾਂ ਬਿਰਤੀ ਇਹ ਪਾਥੀਆਂ ਦੀ ਲੜੀ ਜਾਂਦੀ ਹੈ ਕਬੀਰ ਸਾਹਿਬ ਕਹਿਣ ਲੱਗੇ ਮਾਤਾ ਜੀ ਫੇ ਇਹ ਕਿਵੇਂ ਪਤਾ ਮੇਰੀਆਂ ਪਾਥੀਆਂ ਕਿਹੜੀਆਂ ਤੇ ਦੂਜੀਆਂ ਕਿਹਦੀਆਂ ਉਹ ਕਹਿੰਦੇ ਕਬੀਰ ਸਾਹਿਬ ਪਾਥੀ ਚ ਉਹ ਕਾਨੂੰਨ ਨੂੰ ਲਾ ਕੇ ਦੇਖ ਲਈ ਜਿੱਦੋਂ ਸ਼੍ਰੀ ਰਾਮ ਨਿਕਲੇਗਾ ਉਹ ਪਾਥੀ ਮੇਰੀ ਹੋ ਹੁਣ ਲਾ ਕੇ ਦੇ ਦੇ ਹੁਣ ਡਲੀਆਂ ਤਾਂ ਸਾਰੀਆਂ ਨੀਆਂ ਹੁਣ ਸਾਰੀਆਂ ਵਿੱਚੋਂ ਸ਼੍ਰੀ ਰਾਮ ਥੋੜੀ ਨਿਕਲਦਾ ਸੀ ਤੇ ਉਹ ਫਿਰ ਜੁਦੀਆਂ ਕਰਦੇ ਆਂ ਕਬੀਰ ਨੇ ਕਿਹਾ ਅਸੀਂ ਕਹਿੰਨੇ ਆਂ ਕਿ ਅਸੀਂ ਭਜਨ ਕਰਦੇ ਆਂ ਤੇ ਜਿੱਥੇ ਮਹਾਪੁਰਖਾਂ ਦੀ ਦ੍ਰਿਸ਼ਟੀ ਹੈ ਜਰਰੇ ਜਰਰੇ ਚ ਉਹਦਾ ਜਾਪ ਹੋ ਰਿਹਾ ਜੋ ਬੋਲ ਤਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਇਹ ਆ ਮੰਜ਼ਲਾ ਮਕਾਮ ਤੇ ਪਹੁੰਚੇ ਉਥੇ ਸਤਰੀ ਦਾ ਛੁਦਰ ਦਾ ਚੜਾਲ ਦਾ ਉੱਚੀ ਜਾਂਦੀ ਦਾ ਦੂਜੇ ਤੀਜੇ ਦਾ ਨਹੀਂ ਜੇ ਤੇ ਉਹਦੀ ਕਿਰਪਾ ਹੋ ਗਈ ਜਿਨ੍ਹਾਂ ਉਸਤਾਦ ਬਣਾ ਜਿਨ੍ਹਾਂ ਨੂੰ ਉਸਤਾਦ ਦੀ ਪਨਾਹ ਸ਼ਰਨ ਮਿਲ ਗਈ ਉਹਨਾਂ ਨੂੰ ਇਹ ਮਜਲ ਮਿਲਦੀ ਹੈ ਸੋ ਇਹ ਇਸ ਵਾਸਤੇ ਇਹ ਦ੍ਰਿਸ਼ਟਾਂਤ ਸਾਖੀਆਂ ਸੁਣਨ ਦਾ ਮਤਲਬ ਕੀ ਕਿ ਜਿਹੜੇ ਵੱਡੇ ਵੱਡੇ ਪੁਰਸ਼ ਹੋਏ ਹਨ ਜਿਨ੍ਹਾਂ ਦੀ ਬਾਣੀ ਹੋਰ ਗ੍ਰੰਥਾਂ 'ਚ ਵੀ ਹੈ ਮਹਾਰਾਜ ਦੀ ਵੀ ਉਹਨਾਂ ਨੂੰ ਸਤਿਕਾਰ ਪਿਆਰ ਦਿੱਤਾ ਪਹਿਲਾ ਉਹਨਾਂ ਦੀਆਂ ਅਵਸਥਾ ਫਿਰ ਆਪੂ ਤੋਂ ਉੱਚੇ ਮਹਾਂਪੁਰਖਾਂ ਦੀ ਸੰਗਤ ਕਰਕੇ ਜਿਹੜੀ ਉਹਨਾਂ ਨੂੰ ਅਵਸਥਾ ਮਿਲੀ ਉਹਦੇ ਬਾਰੇ ਸਾਰਾ ਇਤਿਹਾਸ ਵਿੱਚ ਆਉਂਦਾ ਹੈ ਉਹ ਪਹਿਲਾਂ ਦੇ ਲੋ ਬਾਣੀ ਚ ਕਬੀਰ ਸਾਹਿਬ ਦੱਸਦੇ ਨੇ ਤਰ ਕੋਰੀ ਗਾਗਰ ਨੇ ਲੀਪਤੀ ਜੀਉਗ ਸਵੇਰੇ ਉੱਠਦਾ ਹੁੰਦਾ ਸੀ ਗੰਗਾ ਚੋਂ ਗਾਗਰ ਭਰ ਕੇ ਲਿਆਉਣੇ ਪੋਚੇ ਪਾਚੇ ਲਾਉਣੇ ਪੂਜਾ ਕਰਨੇ ਇਸੇ ਵਿੱਚ ਸਮਾਂ ਬੀਤ ਜਾਂਦਾ ਸੀ ਜਦੋਂ ਫਿਰ ਕਹਿੰਦੇ ਮੈਂ ਉਹ ਖੱਡੀ ਤੇ ਖਦਰ ਬੁੰਨਦਾ ਸੀ ਕੱਪੜੇ ਬੁੰਨਦਾ ਸੀ ਜਦ ਬਲਗ ਤਾਗਾ ਬਾਹੋ ਦੇਹੀ ਤਬਲਗ ਬੇਸਰੇ ਰਾਮ ਸੁਨੇਹੀ ਹੁਣ ਕਹਿੰਦੇ ਤੁਰੀ ਨਾਲ ਕੀ ਛੋਡੀ ਬਾਤਾਂ ਛੱਡ ਦਿੱਤਾ ਇਸ ਵਾਸਤੇ ਪਹਿਲੀ ਅਵਸਥਾ ਦਸੀ ਹੈ ਤੇ ਜਦੋਂ ਉਸ ਮਜਲ ਤੇ ਪਹੁੰਚ ਗਏ ਫਿਰ ਇਸੇ ਬਾਣੀ ਚ ਉਹਨੇ ਪਹਿਲੀ ਅਵਸਥਾ ਵੀ ਦਸੀ ਜਦੋਂ ਅ ਗਿਆਨ ਕਾਲ ਸੀ ਜਦੋਂ ਗਿਆਨ ਅਵਸਥਾ ਹੋ ਗਈ ਫਿਰ ਕਹਿੰਦੇ ਅੱਬ ਤੋ ਜਾਏ ਛੱਡਾ ਸੰਗਾਸਨ ਮਿਲ ਹੈ ਸਾਰੰਗ ਪਾਣੀ ਆਰਾਮ ਕਬੀਰਾ ਇੱਕ ਪੈ ਹੈ ਕੋਈ ਨਾ ਸਕੈ ਪਛਾਨੀ ਹੁੰਦਾ ਕਹਿੰਦੇ ਫੇਦਰਿਆ ਜੀ ਹੁੰਦਾ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮਜ ਮੈਂ ਰਹਿਣਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਾ ਤਾ ਦੇਖਾਂ ਤਾ ਤੂੰ ਕਹਿੰਦੇ ਹੁਣ ਤਾਂ ਜਿੱਧਰ ਦੇਖਦੇ ਉਹ ਤੋਂ ਬਿਨਾਂ ਦੀਦਾ ਹੀ ਕੋਈ ਨਹੀਂ ਚਾਹ ਰਿ ਫੇਰੇ ਉਹ ਹੀ ਨਜ਼ਰ ਆ ਰਿਹਾ ਤੇ ਜਦੋਂ ਇਹ ਅਵਸਥਾ ਬਣ ਜਾਂਦੀ ਹੈ ਫਿਰ ਪੰਜਾਂ ਕਲੇਸ਼ਾਂ ਚੋਂ ਕੋਈ ਕਲੇਸ਼ ਨਹੀਂ ਰਹਿੰਦਾ ਪੰਜਾਂ ਬਕਾਰਾਂ ਚੋਂ ਕੋਈ ਬਕਾਰ ਨਹੀਂ ਰਹਿੰਦਾ ਉਹਨੂੰ ਅਸਲੀ ਆਨੰਦ ਮਿਲਦਾ ਉਸ ਆਨੰਦ ਦੇ ਵਿੱਚ ਉਹ ਲੀਨ ਹੋ ਜਾਂਦੇ ਨੇ ਜਿਹੜੇ ਉਸ ਆਨੰਦ ਦੇ ਮਾਲਕ ਬਣੇ ਉਹਨਾਂ ਨੂੰ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਥਾਨ ਬਖਸ਼ਿਆ ਗੱਜ ਕੇ ਬੋਲੋ ਆਇਤਾ ਬਹੁਤ ਸੀ ਨਾ ਬਿਮਾਰਾ ਗੁਰੂ ਗ੍ਰੰਥ ਸਾਹਿਬ ਜੀ ਭਗਤਾਂ ਦੇ ਨਾਂ ਚੜ ਰਹੇ ਐ ਤੇ ਆਪਣਾ ਨਾਂ ਚੜ ਗਿਆ ਗੁਰੂ ਗ੍ਰੰਥ ਸਾਹਿਬ ਜੋ ਜੋ ਟੱਲ ਰਹਿਣਾ ਆਪਣੀ ਵੀ ਪੂਜਾ ਹੋਇਆ ਕਰੂ ਆਪਣੇ ਤੇ ਵਿਚਾਰ ਫਿਰੂਗਾ ਪਰ ਕਸਵੱਟੀ ਵਾਲਾ ਪੂਰਾ ਸੀ ਕਸਵੱਟੀ ਲਾ ਲੈ ਕੇ ਪਰਖਿਆ ਕਹਾ ਕੋ ਨੂੰ ਬੈਕੁੰਠ ਥਲੇ ਕਲਪ ਬਿਰ ਕੀ ਛਾਂ ਰਹਿ ਸੰਟਾਗ ਸੁਹਾਣੇ ਜਹਾਂ ਪ੍ਰੀਤੰ ਬਗਾ ਲੂਆਂ ਪਹਿਲੇ ਮਨ ਕਾਗਾ ਥਾ ਜੀਵਨ ਕਰਤਾ ਘਾਤ ਅਬ ਤੂੰ ਮਨ ਹਾਂਸਾ ਪਿਆ ਚੁੰਨ ਚੁੰਨ ਮੋਤੀ ਖਾਤ ਤੇ ਜਿਲੇ ਕਾਮ ਦ੍ਰਿਸ਼ਟੀ ਸੀ ਨਾ ਹਰਦਾਂ ਚੋਂ ਜ ਮਰੀ ਜਾਂਦਾ ਸੀ ਗੰਧਮੰਦ ਦੇਖਦਾ ਸੀ ਉਸ ਇਹ ਲੈ ਹਾਂਸ ਤੇ ਫੇਰ ਉਹ ਚੁੰਨ ਚੁੰਨ ਕੇ ਮੋਤੀ ਖਾਂਦਾ ਤੇ ਇੱਕ ਵਾਰੀ ਕਾਂ ਤੇ ਹਾਂਸ ਨੇ ਜਰਾਨਾ ਪੈ ਗਿਆ ਉਹਨਾਂ ਹਾਂਸ ਜੜਾ 400 ਕੋ 1 ਕੋਡਾਂ ਵਿੱਚ ਉੱਡ ਸਕਦਾ ਐਨੀ ਸ਼ਕਤੀ ਹੈ ਉਹਦੇ ਵਿੱਚ ਤੇ ਕਾਂ ਕਹਿੰਦਾ ਆਪਾਂ ਦੋਸਤੀ ਫਰੈਂਡਸ਼ਿਪ ਪੈਦਾ ਕਰ ਲਈ ਹੁਣ ਚੱਲ ਪੈਂ ਉਹ ਜਿੱਥੇ ਰੂੜੀਆਂ ਦੇਖੀਆਂ ਗੰਦ ਪੈ ਲਿਆ ਫੇ ਕਾਂ ਨੇ ਉਥੇ ਬਹਿਣੇ ਹੁੰਦਾ ਉਹ ਗੰਦ ਪੈਲ ਸੀ ਪਰੇ ਉਥੇ ਖਾ ਖੂ ਕੇ ਉਹ ਗੰਦੇ ਸਭ ਬਦਵੋ ਹੁੰਦੀ ਕਹਿੰਦੇ ਨਹੀਂ ਜੀ ਏ ਥੋੜਾ ਥੱਕ ਗਿਆ ਸੀ। ਸ਼ੈਤਾਨ ਬਹੁਤ ਹੈ ਨਾ। ਸਾਰੇ ਪੰਛੀਆਂ ਚੋਂ ਕਾਂ ਨੂੰ ਕਲੇਬਰ ਮੰਨਿਆ ਗਿਆ। ਜਾਨਵਰਾਂ ਚੋਂ ਲੂੰਬੜੀ ਬਹੁਤ ਸ਼ੈਤਾਨ ਮੰਨੇ। ਸੋ ਇਹ ਸੁਆਸਤੇ ਉਹਨੂੰ ਚੱਲ ਪਿਆ। ਅੱਗੇ ਇੱਕ ਬਾਗ ਸੀ। ਬਗੀਚਾ ਸੀ ਫਰਵਾੜੀ ਸੋਹਣੀ ਰਾਜੇ ਦੀ। ਰਾਣੀਆਂ ਵੀ ਨਾਲ ਸਿਆਂ। ਉਹਨੇ ਕਾਗੂ ਬੇਸ਼ਰਮ ਕਰ ਲਈਏ ਬੇਸ਼ਰਮ ਕਰ ਰਾਇ ਸੀ ਜਿੱਥੇ ਰਾਣੀ ਦਾ ਬੈੱਡ ਲੱਗਾ ਸੀ ਨਾ ਦਰਾਖਤ ਬਹੁਤ ਸੋਹਣਾ ਸੀ ਛਾਂ ਬੜੀ ਸੀ ਫੁੱਲ ਖਿੜੇ ਹੋਏ ਸੀ ਬਹੁਤ ਸੁਗੰਧੀ ਆ ਰਹੀ ਸੀ ਉੱਥੇ ਹਾਂਸ ਨੂੰ ਲੈ ਕੇ ਉਹ ਉੱਥੇ ਆ ਕੇ ਬਹਿ ਗਿਆ ਉਹਨੇ ਕੰਮ ਤਨ ਪੁੱਠਿਆ ਕਰਨਾ ਸਿੱਧਾ ਤਨ ਕਰਨਾ ਨਹੀਂ ਨਾ ਕਾਉਂ ਕੁ ਪੂਰਨਾ ਚਖੇ ਦੁਰਗੰਧ ਸਖਾਵੇ ਭਾਈ ਗਰਤਾਰ ਲੈ ਗਿਆਨ ਉਹਨ ਜੀ ਬੈਠ ਘਰਤੀ ਦੇ ਬੈਠ ਰਾਣੀ ਦੇ ਮੂੰਹ ਤੇ ਪੈ ਗਈ। ਉਹ ਰਾਜੇ ਨੂੰ ਕਹਿੰਦੀ ਉਹ ਤੇਰਾ ਕਾਦਾ ਫੇਰਾ ਨੌਕਰਾਂ ਚੱਕਰਾਂ ਦਾ। ਆਹ ਗਾਨ ਮੇਰੇ ਦੇ ਬੈਠ ਘਰਤੀ। ਉਹ ਰਾਜੇ ਨੇ ਨੌਕਰ ਚੱਕ ਰੜੀ ਕਿਆ ਨਾ ਤੇ ਤੀਰ ਚਲਾ ਦਿੱਤਾ। ਇਹ ਹੁਣ ਸ਼ੈਤਾਨ ਬਹੁਤ ਉੱਡ ਗਿਆ। ਨੇੜੇ ਪੁੱਠੇ ਕੰਮ ਕਰਨ ਵਾਲੇ ਨਾਲ ਕੋਈ ਸ਼ੈਤਾਨੀ ਤਾਂ ਹੁੰਦੀ ਹੈ ਚਾਹੇ ਬੰਦੇ ਹੈ ਚਾਹੇ ਕੋਈ ਹੈ। ਤੇ ਫਸ ਜਾਂਦਾ ਹੁੰਦਾ ਹੋਇ ਭਲਾ ਮਨਸੇ। ਉਹਨੇ ਗਲ ਜੰਦੇ ਚਾਣੀ ਕਰਕੇ ਅਗਲ ਆਈ ਤੇ ਡੱਬੂ ਨੇ ਆਈਆਂ ਜਿ ਇਹਨਾਂ ਦਾ ਇਹ ਕੰਮ ਮੈਨੂੰ ਇਹ ਤਾਂ ਖੇਸ ਗਿਆ ਉੜ ਗਿਆ ਉਹਦਾ ਤੀਰ ਸੀ ਹੰਸ ਦੇ ਵਜਾ ਉਹਨ ਪਰ ਤਰਾਤਮ ਸੀ ਤੇ ਹੰਸਨ ਜਿਲੇ ਜ਼ਖਮੀ ਹੋ ਗਿਆ ਉਸਨੇ ਫੇਰ ਰਾਜੇ ਨੂੰ ਕਿਹਾ ਆ ਰਾਜਨ ਤੁਮਰੀ ਨੀਂਦ ਮੈਂ ਪਾਇਆ ਹੈ ਜਿਸ ਭੰਗ ਉਹ ਕਾਗ ਮੈਂ ਹੰਸ ਥਾ ਇਹ ਰਾਜਨ ਤੁਹਾਡੇ ਜੇ ਰਾਣੀ ਨੀਂਦ ਵਿੱਚ ਅਸੀਂ ਭੰਗਣਾ ਨਹੀਂ ਪਾਈ ਉਹ ਤਾਂ ਕਾਂ ਸੀ ਮੈਂ ਹੰਸ ਸੀ ਰਾਜਾ ਕਹਿੰਦਾ ਜੇ ਤੂੰ ਹੰਸ ਸੀ ਤੂੰ ਕਾਣਾ ਜਰਾਨਾ ਕਿਉਂ ਲਾਇਆ ਉਹ ਕਹਿੰਦਾ ਇਹ ਹੀ ਤਾਂ ਫਿਰ ਦੁੱਖ ਭੋਗਿਆ ਹ ਰਾਜਨ ਤੁਮਰੀ ਨੀਂਦ ਮੈਂ ਪਾਇਆ ਹੈ ਜਿਸ ਭੰਗ ਉਹ ਕਾਗਮੈ ਹੰਸ ਥਾ ਮਰਾ ਦੁਸ਼ਟ ਕੇ ਸੰਗ ਕਹਿੰਦੇ ਦੁਸ਼ਟ ਦੀਕ ਸੰਗਤ ਕਰਕੇ ਮਰਿਆ ਅਜ ਨੌਜਵਾਨੋ ਸਿੱਖੀ ਤੋਂ ਤੁਸੀਂ ਟੜਾ ਟੜ ਪਤਤ ਹੋ ਰਹੇ ਹੋ ਰੋਮਾਂ ਦੀ ਵਿਦਵੀ ਨਸ਼ੇ ਪੱਤੇ ਬਾਣੀ ਬਾਣੇ ਨੂੰ ਟੁੱਟ ਚੁੱਕੇ ਹੋ ਜਿਹਦੇ ਕਾਰਨ ਕਿੰਨਾ ਕਲੇਸ਼ ਭਰ ਤੂੰ ਇੱਥੇ ਆ ਜਾਓ ਕਿਸੇ ਦੇਸ਼ ਚੱਲ ਜਾਓ ਸਵਰਗ ਵਿੱਚ ਚਲੇ ਜਾਓ ਜੇ ਭੈੜੀਆਂ ਆਦਤਾਂ ਉੱਥੇ ਵੀ ਕਲੇਸ਼ ਹੀ ਹੈ ਉਹ ਸਵਰਗ ਨਰਕ ਬਣ ਜਾਊਗਾ ਕੋਈ ਮਹਾਪੁਰਖ ਸੀ ਕਹਿੰਦੇ ਜੇ ਤੁਹਾਨੂੰ ਨਰਕ ਭੇਜ ਦਿੱਤਾ ਜਾਵੇ ਕਹਿੰਦੇ ਉਹ ਨਰਕ ਰੋ ਹੋਗਾ ਹੀ ਨਹੀਂ ਉੱਥੇ ਨਾਮ ਬਾਣੀ ਦਾ ਅਭਿਆਸ ਕਰਾਂਗੇ ਨਰਕੇ ਹੀ ਨਹੀਂ ਰਹੂਗਾ ਉਹ ਸੱਚਖੰਡ ਬਣ ਜਾਊਗਾ ਤੇ ਮਨਮੁਖ ਸੱਚਖੰਡ ਜਾ ਕੇ ਉੱਥੇ ਵੀ ਪੁੱਠੇ ਕੰਮ ਕਰਕੇ ਉਹੋ ਜਿਹਾ ਕਰਤੂਤਾਂ ਕਰੂਗਾ ਇਸ ਕਰ ਕੇ ਕਹਿੰਦੇ ਤਾਂ ਮਰਿਆ ਦੁਸ਼ਟ ਦੀ ਇਕ ਸੰਗਤ ਇਸੇ ਕਰਕੇ ਮਾਰੇ ਨੇ ਕਿਹਾ ਤੁਲਸੀਦਾਹ ਨੇ ਵੀ ਕਿਹਾ ਦੋਸ਼ਟਾਂ ਸੰਗਨਾ ਦੇਂ ਵਧਾਤਾ ਤਾਂ ਤੇ ਭਲੋ ਨਰਕ ਮੈਂ ਵਾਸਾ ਦੁਸ਼ਟ ਬਾਹਰ ਨਹੀਂ ਘਰਾਂ 'ਚ ਵੀ ਹੈਗੇ ਕਿ ਇਹਦਾ ਪਿਓ ਦੁਸ਼ਟ ਬਣਿਆ ਹੋਇਆ ਕਿ ਇਹਦੀ ਪਤਨੀ ਦੁਸ਼ਟ ਬਣੀ ਹੋਈ ਹੈ ਕਿ ਇਹਦਾ ਪੁੱਤਰ ਦੁਸ਼ਟ ਬਣਿਆ ਹੋਇਆ ਕਿ ਇਹਦਾ ਜਵਾਈ ਕਿ ਇਹਦਾ ਭਰਾ ਦੁਸ਼ਟ ਬਣਿਆ ਹੋਇਆ ਹੁਣ ਦੁਸ਼ਟ ਲੱਜਣ ਦੀ ਤਾਂ ਲੋੜ ਨਹੀਂ ਇਹ ਦੁਸ਼ਟ ਪੁਣਾ ਦਾ ਘਰਾਂ 'ਚ ਵੀ ਸਾਡੇ ਆਵੜਿਆ ਚਰਾਬਾਂ ਕਵਾਬਾਂ ਨਸ਼ੇ ਪੱਤੇ ਕੁੱਟਮਾਰ ਲੜਾਈ ਝਗੜਾ ਹੁਣ ਇੱਥੇ ਆਈ ਦਾ ਸੰਗਤ ਹੁੰਦੀ ਐ ਵਾਪੋ ਆਪਣੇ ਦੁੱਖ ਰੋ ਰਹੇ ਉੱਥੇ ਆ ਉੱਥੇ ਵੀ ਇਹ ਹੀ ਹਾਲ ਐ ਇਹ ਦੁਸ਼ਟਪੂਣਾ ਅੱਗੇ ਦਾ ਬਾਹਰ ਹੁੰਦਾ ਸੀ ਨਾ ਹੁਣ ਦੁਸ਼ਟਪੂਣਾ ਜਿਹੜਾ ਇਹ ਬੜੀ ਦੂਰ ਤੱਕ ਫੈਲ ਗਿਆ ਹੈ ਦੁਸ਼ਟਪੂਣਾ ਦੀ ਬਿਮਾਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਅੱਗੇ ਤਾਂ ਇੱਕ ਹਰਨਾਖਸ਼ ਦੁਸ਼ਟ ਸੀ ਨਾ ਪ੍ਰਲਾਦ ਨੂੰ ਤਾਂ ਕਰਦਾ ਹੁਣ ਤਾਂ ਦੁਸ਼ਟ ਐਨੇ ਵੱਧ ਗਏ ਕਿ ਬੜਾ ਔਖਾ ਹੁੰਦਾ ਜਾ ਰਿਹਾ ਹੈ ਕਿ ਟਾਈਮ ਪਾਸ ਕਰਨਾ ਕਿੱਥੇ ਹੈ ਐਨਾ ਦੁਸ਼ਟਪੂਣਾ ਵਧੀ ਜਾ ਰਿਹਾ ਹੈ ਸਾਡੇ ਅੰਦਰ ਬੜਾ ਦੁਸ਼ਟਪੂਣਾ ਬਣਦਾ ਜਾ ਰਿਹਾ ਹੈ ਆਪੂ ਬਣੇ ਮਾਨਾ ਨਾ ਚਾਤ ਪਾ ਕੇ ਦੇਖ ਲੋ ਬੁਰਕੇ ਤਾਂ ਆਪਾਂ ਬੜੇ ਪਾਲਨੇ ਆ ਧਰਮ ਸਥਾਨ ਬੜੇ ਸੁੰਦਰ ਬਣਾਏ ਜਾਂਦੇ ਆ ਕੋ ਡਾਕਟਰ ਅਕਬਾਲ ਨੇ ਕਿਹਾ ਮਸਜਿਦ ਤੋਂ ਬਣਾ ਲਈ ਇਮਾ ਪਰ ਮੈਂ ਸ਼ਰਾਰਤ ਬਾਲੂ ਧਰਮ ਸਥਾਨ ਦਾ ਬਣਾ ਲਿਆ ਮਾਨ ਆਪਣਾ ਪੁਰਾਣਾ ਪਾਪੀ ਥਾ ਨਵਾਜੀ ਬਣ ਨਾ ਸਕਾ ਇਹ ਨਿਨਵਾਦ ਚ ਜੁੜਿਆ ਆਵਾਦਤ ਵਿੱਚ ਅਕਵਾਲ ਬੜਾ ਉਪਦੇਸ਼ਕ ਹੈ ਬਾਤੋਂ ਸਭ ਕੋ ਮੋਹ ਲੇਤਾ ਹੈ ਗੱਲਾਂ ਬਾਤਾਂ ਨੂੰ ਤਾਂ ਬੜਾ ਹੁਸ਼ਿਆਰ ਆ ਅਕਵਾਲ ਬੜਾ ਉਪਦੇਸ਼ਕ ਹੈ ਬਾਤੋਂ ਸੇ ਸਭ ਕੋ ਮੋਹ ਲੇਤਾ ਹੈ ਗੋਪਤਾਰ ਕਾ ਗਾਜੀ ਬਨਾ ਪਰ ਉਪਕਾਰ ਦਾ ਗਾਜੀ ਬਣ ਨਾ ਸਕਾਂ ਪਰ ਉਪਕਾਰ ਕਰਨਾ ਨਹੀਂ ਸਿੱਖਿਆ ਨੇਕੀ ਨਹੀਂ ਸਿੱਖੀ ਮੰਦਾ ਕੋੜ ਮੰਦੀਆਂ ਹੀਰਾ ਫੇਰੀਆਂ ਉਹ ਨਹੀਂ त्याਗੀਆਂ ਉਹ ਉੱਥੇ ਹੀ ਹੈ ਗੁਰਦੁਆਰਿਆਂ ਚ ਪਾਗਾਂ ਲੈਣੀਆਂ ਇੱਕ ਦੋ ਇੱਕ ਇਹ ਦਾੜੀਆਂ ਪੁੱਟ ਦੇ ਲਾਈ ਡੜਾਈ ਝਗੜੇ ਹੋਰ ਧਰਮ ਸਥਾਨਾਂ ਦਾ ਵੀ ਪੜ੍ਹ ਕੇ ਦੇਖ ਲੋ ਤਾਰਮ ਦੇ ਨਾਂ ਦੇ ਉੱਤੇ ਕਿਉਂ ਦੁਸ਼ਤ ਪੋਣਾ ਵਿੱਚ ਬੈਠਾ ਉਹ ਮਾਰ ਨੇ ਕਿਹਾ ਸੀ ਨੂੰ ਬ੍ਰਾਹਮਣ ਰਸੋਈ ਬਣਾਈ ਸੀ ਚੌਂਕ ਚਾਂਗ ਪੂਰਿਆ ਹੋਇਆ ਸੀ ਉਹ ਮਾਰ ਲੰਗੇ ਤੇ ਅੰਦਰ ਪਰੇਸ਼ਾਨਾ ਕਹਿੰਦੇ ਸਾਡਾ ਤੁਸੀਂ ਭਿੱਟ ਦਿੱਤਾ ਅਸੀਂ ਕਾਰਾਂ ਕੱਢੀਆਂ ਸੀ ਮਾਰਾ ਕਹਿੰਦੇ ਕਾਰਾਂ ਦਾ ਕੱਢ ਲਈਆਂ ਆ ਸਾਰੇ ਤੰਦਰੇ ਬੈਠੇ ਕੁਬੁੱਧ ਡੂੰਮਣੀ ਕੋ ਦਾਇਆ ਕਿਸਾਂ 바르넨 ਦਾ ਘੜ ਚੂੜੀ ਮੁੱਠੀ ਗ੍ਰੋਥ ਚੰਡਾਲ ਕਾਰੀ ਕੱਢੀ ਕਿਆthia ਚਾਰੇ ਬੈਠੀਆਂ ਨਾਲ ਹਮਰਾ ਸਣਾ ਅੰਦਰ ਬੈਠੀਆਂ ਛੂੜੀਆਂ ਅੰਦਰ ਬੈਠੇ ਬੈਠਾ ਤੇ ਤੇਰੀ ਕਾਰ ਗੱਡੀ ਕੀ ਕਰੂ ਆਦਾ ਅੰਦਰ ਬਹੁਤ ਬੈਠੇ ਐ ਇਹ ਦੁਸ਼ਟ ਬੈਠੇ ਐ ਇਹਨਾਂ ਦੁਸ਼ਟਾਂ ਨਾਲ ਪਧਿਆਨ ਹੀ ਨਹੀਂ ਦੇ ਰਹੇ ਇਹਨਾਂ ਦੁਸ਼ਟਾਂ ਨੇ ਅਰਬਦਾਸ ਨੇ ਵੀਨਾ ਅਗੇ ਕਿਹਾ ਇਨ ਦੂਤਨ ਖਲਬਦ ਕਰ ਮਾਰਿਓ ਵੱਡੋ ਨਲਾਜ ਬੜੇ ਬਿਸ਼ਰਮ ਆਇ ਅਜ ਉਹਨੇ ਹਾਰੇ ਹਾਲੇ ਵੀ ਖੜਾ ਨਹੀਂ ਛੱਡਦੇ ਕਹਿੰਦੇ ਤਾਂ ਸੋ ਮੇਰਾ ਮਾਨੰਦ ਜੀ ਦੀ ਕਿਰਪਾ ਹੋ ਗਈ ਮਹਾਪੁਰਖਾਂ ਦੀ ਉਹਨਾਂ ਨੇ ਕੋ ਰਸਤਾ ਦਿਖਾਇਆ ਉਧਰ ਤੁਰੇ ਜਿਹੜਾ ਸ਼ਬਦ ਸੁਰਤੀ ਜੋੜ ਕੇ ਅਭਿਆਸ ਕੀਤਾ ਉਹਨਾਂ ਦੀ ਅਸ਼ੀਰਵਾਦ ਦੇ ਪਾਤਰ ਬਣੇ ਕਹਿੰਦੇ ਤਾਂ ਖੜਾ ਛੁੱਟਿਆ ਨੇ ਤੇ ਜਾਨ ਛੱਡ ਦੇ ਕਿਤੇ ਆਪੂ ਆਪਣੇ ਮਨਾਨਾਂ ਚ ਹੱਥ ਮਾਰ ਕੇ ਦੇਖ ਲਓ ਕਿੰਨੇ ਬੈਠੇ ਆ ਅੰਦਰ ਕਿੰਨੇ ਭੂਤ ਭੂਤਨੀ ਅੰਦਰ ਬੈਠੇ ਹੋਏ ਸੋ ਮਹਾਰਾਜ ਸੱਚੇ ਪਾਸ਼ਾ ਦਸ ਦੇ ਪਿਉ ਦੇ ਅਗੇ ਬੇਨਤੀ ਕਰੀਏ ਕਿ ਹੈ ਸੱਚੇ ਪਾਤਸ਼ਾ ਕਾਲ ਯੁਗੀ ਜੀਵਾਂ ਸਾਡੇ ਤੇ ਰਹਿਮਤ ਕਰੋ ਦਇਆ ਕਰੋ ਹਮ ਅਬਗੁਣ ਭਰੇ ਇਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬੇਖਾਹੀ ਮਾਇਆ ਮੋ ਭਰਮ ਪੈ ਭੂਲੇ ਸਤਿਦਾਰਾ ਸੂ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਲੰਤ ਜਮ ਤਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਬੋਲਦੇ ਹੋ ਗਾਂ ਇਸ ਸਲਮੇ ਕਰ ਇਤਨੀ ਬੋਲਣਾ ਇਹ ਗੁਰੂ ਨਾਨਕ ਸਾਹਿਬ ਦੇ ਘਰੇ ਬੋਲਣੇ ਉਹਦੇ ਅਗੇ ਅਰਦਾਸ ਕਰਨੇ ਕਿ ਬਾਦਸ਼ਾਹ ਕਿਰਪਾ ਕਰੋ ਸਾਨੂੰ ਮਹਾਰਾਜ ਸਮੱਤ ਬਖਸ਼ ਦੇ ਹਨ ਸੋਰਠ ਮਹਲਾ ਪੰਜਵਾ ਸੋਰਠ ਸਾਗ ਦੀ ਬਾਣੀ ਪੰਜਵੇਂ ਸਤਿਗੁਰੂ ਜੀ ਕਿਰਪਾ ਕਰਦੇ ਹਨ ਹਮਰੇ ਗਣ ਤਨ ਨਾ ਗਣੀਆਂ ਕਾਈ ਏ ਸਤਿਗੁਰੂ ਸਾਡੇ ਪਾਪਾਂ ਦੀ ਗਿਣਤੀ ਨਾ ਕਰਿਓ ਜੇ ਗਣ ਲਾਪੈ ਨਾ ਫੇਰ ਨਹੀਂ ਛਡਕਾਰਾਂ ਉਹ ਦੋ ਹੁੰਦੇ ਸੀ ਤਪਸੀ ਨਾਰਦ ਜੀ ਆਏ ਇਹ ਗਨੂ ਬੜਾ ਸੀ ਮੈਂ ਬਹੁਤ ਵੱਡਾ ਤਪਸੀ ਕਹਿੰਦੇ ਭਗਵਾਨ ਬਿਸ਼ਨੂ ਪੁੱਛ ਕੇ ਮੈਨੂੰ ਕਦੋਂ ਦਰਸ਼ਨ ਦਿਓ ਕਦੋਂ ਮਿਲੋਂਗੇ ਦੁਆ ਕੰਦਾ ਮਾਰਾ ਮੇਰਾ ਵੀ ਪੁੱਛਿਆ ਉਹ ਵਿਚਾਰਾ ਸਾਦਾ ਜੀ ਨੇ ਪਹਿਲੇ ਨੇ ਪੁੱਛਿਆ ਕਹਿੰਦੇ ਉਹਨੂੰ ਕਹ ਹੁਣ ਤਾ ਤੂੰ ਬਹੁਤ ਨੇੜੇ ਆ ਗਿਆ ਚਾਰ ਜਨਮ ਬਾਕੀ ਰਹੂਗਾ ਤੈਨੂੰ ਮਿਲਾਂਗੇ ਉਹ ਆਪਸਾਰ ਕੇ ਮਿਲਾਂਗੇ ਦੂਆ ਕਹਿੰਦੇ ਜਿੰਨੇ ਬੋਰਡ ਦੇ ਪੱਤੇ ਹਨ ਇੰਨੇ ਜਨਮ ਤਾਰੂਗਾ ਫਿਰ ਮਿਲਾਂਗੇ ਆ ਗਿਆ ਦੂਆ ਆ ਗਿਆ ਨਾਰਦ ਜੀ ਪੁੱਛਿਆ ਭਗਵਾਨ ਵਿਸ਼ਨੂੰ ਨੂੰ ਕਿ ਕਦੋਂ ਮੇਰਾ ਕਹਿੰਦੇ ਵੀ ਤੇਰੇ ਤੋਂ ਤਾਂ ਬੜੀ ਕਿਰਪਾ ਤੇਰਾ ਦਾ ਕੰਮ ਹਣੇੜਾ ਹੀ ਆ ਚਾਰ ਜਨਵੇਂ ਆ ਕਹਿੰਦਾ ਅੱਛਾ ਮੈਂ ਨਹੀਂ ਤਾਂ ਫਸਿਆਲੇ ਚਾਰ ਬਕਾਇਆ ਹੀ ਆ ਬੀਖ ਨੂੰ ਵੀ ਨਿਆ ਨਹੀਂ ਕਰਦਾ ਉਹਦਾ ਗੱਲ ਖਾ ਗੱਡਿਆ ਪਿਆ ਤੇ ਦੂਆ ਕਹਿੰਦਾ ਮਾਰੇ ਮੇਰਾ ਪੁੱਛਿਆ ਕਹਿੰਦੇ ਜਿੰਨੇ ਬੋਰ ਦੇ ਪੱਤੇ ਆ ਇੰਨੇ ਜਨਮ ਤਾਂ ਨੇ ਕਹਿੰਦਾ ਅੱਛਾ ਭਗਵਾਨ ਨੇ ਨਾ ਤੈਨਾਂ ਨੇ ਕੀਤੀ ਇਹ ਤਾਂ ਮੁੱਕ ਜਾਣੇ ਆ ਜਿਉਂ ਲਗਾ ਰਥਣ ਟਪਣ ਐਨਾਂ ਖੋਸ਼ ਬਸ ਬਿਰਤੀ ਜੁੜ ਗਈ ਤੇ ਬਿਸ਼ਨ ਨੂੰ ਸਾਖਾਤ ਹੋ ਗਿਆ 나ਦ ਕਹਿੰਦੇ ਮਾਰਾ ਤੁਸੀਂ ਵੀ ਝੂਠ ਬੋਲਦੇ ਆ ਇਹਨੂੰ ਕਹਿੰਦੇ ਚਾਹ ਨੂੰ ਤੂੰ ਉਹਨੂੰ ਇੰਨਾ ਕਿਹਾ ਤੋਹਨੇ ਕਹਿੰਦੇ ਬਸ ਪ੍ਰੇਮ ਦਾ ਹੀ ਕੋਈ ਕਦਮ ਬਹੁਤ ਹੈ ਗਾਜੀ ਕੇ ਬੋਲੋ ਜਨ ਪ੍ਰੇਮ ਕਿਉ ਤੈਨੇ ਪਰ ਪ੍ਰੇਮ ਜਿਹੋ ਜਿਹਾ ਹੋ ਜਾਂਦਾ ਸਾਡਾ ਪ੍ਰੇਮ ਤਾਂ ਬਹੁਤ ਥਾਈ ਬੰਡਿਆ ਹੋਇਆ ਉਹ ਕਈ ਵਾਰੀ ਬਚਨ ਸੁਣਾਇਆ ਇਹ ਕੁਮਾਤਾ ਬਾਬਾ ਕ다 ਸਿੰਘੋਂ ਦੀ ਹੁੰਦੀ ਹੁੰਦੀ ਸੀ ਉਹਦੀ ਉਹ ਛੋਟੀ ਜੀ ਬੱਚੀ ਸੀ ਬਾਬਾ ਇਹ ਕਹਿੰਦੇ ਬੱਚੀ ਕਿਹਦੀ ਹੈ ਮਹਾਰਾਸੀਂ ਵੀ ਤੁਹਾਡੇ ਤੁਹਾਡੀ ਬੱਚੀ ਹੈ ਕਹਿੰਦੇ ਅੱਛਾ ਸੇਵਾਦਾਰ ਨੂੰ ਕਹਿੰਦੇ ਲਿਆਓ ਤਵੇ ਤੇ ਸਤਾਂ ਅਚੂਲਿਆਂ ਦੀ ਸਵਾਫ ਆ ਕੇ ਗਰਮ ਕਰੋ ਕਹਿੰਦੇ ਪਾਓ ਇਹਦੇ ਸਿਰ 'ਚ ਚਾਟੇ 'ਚ ਕਹਿੰਦੇ ਲੈ ਮਾਰਾ ਮੇਰੀ ਬੱਚੀ ਮਰ ਜਾਊਗੀ ਹੌਨ ਫੜ ਕੇ ਤੇ ਛਾਤੀ ਨੂੰ ਘੁੱਟ ਕੇ ਲਾ ਲਈ ਕਹਿੰਦੇ ਨਾਏ ਕਹਿੰਦੇ ਤੁਹਾਡੀ ਆ ਕੋ ਸਾਡਾ ਪ੍ਰੇਮ ਤਾਂ ਬਹੁਤ ਹੀ ਬੰਡਿਆ ਹੋਇਆ ਹੈ ਕਹਿ ਦਿੰਨੇ ਆ ਪਰ ਹੈ ਨਹੀਂ ਤੇ ਜਿਹਦਾ ਪੈ ਗਿਆ ਉਹ ਤਾਂ ਵੇਦਿਆ ਲੋ ਪਹੁੰਚ ਜਾਂਦੇ ਉਥੇ ਇਸ ਕਰਕੇ ਕਹਿੰਦੇ ਮਹਾਰਾਜ ਗਣਤੀਆਂ ਬਿੰਤੀਆਂ ਨਾ ਕਰਿਓ ਜੇ ਗਣਤੀਆਂ ਹੀ ਪੈ ਗਿਆ ਨਾ ਪੈਦਾ ਲੇਖੇ ਕਾ ਤੂੰ ਨਾ ਛੂਟੀ ਹੈ ਕਾਚੀ ਪੀਤਨਾ ਸੁਧ ਲੇਖਾ ਗਣਤਨਾ ਵੀ ਤੂੰ ਬਖਸ਼ ਮਲਾਵਣ ਹਾਰ ਜੇ ਤੂੰ ਬਖਸ਼ਿ ਜੀ ਕਰਦਾ ਹੈ ਪੈਦਲ ਕੀਰੇ ਫੇਰ ਦੇਣੀ ਨਾ ਭਾਈ ਸ਼ਮੀਰ ਜੀ ਮਹਾਰਾਜ ਕਿਰਪਾ ਕਰ ਦਿਓ ਰਾਜੋਧਨ ਸਿੰਘ ਪਾਛੇ ਸੇਵਾ ਕੀਤੀ ਮਾਤਾ ਬੜੀ ਪ੍ਰੇਮਣ ਸੀ ਉਹਨਾਂ ਦੇ ਘਰੋਂ ਕਹਿੰਦੇ ਮਾਰਾ ਹੁਣ ਦਰਸ਼ਨ ਕਦੋਂ ਦਿਓਗੇ ਕਹਿੰਦੇ ਹੁਣ ਤਾਂ ਦਸਵੇਂ ਜਾਮੇ ਹੋਣਗੇ ਪੇ ਭਾਈ ਸ਼ਮੀਰ ਉਹਨਾਂ ਦੇ ਪਰਿਵਾਰ ਬੜੀ ਸੇਵਾ ਕੀਤੀ ਸਰਾਂਦਾ ਸੂਬਾ ਕਹਿੰਦਾ ਹੁਮੰਦ ਦੇ ਬਾਗੀ ਤੁਹਾਡੇ ਕੋਲ ਸਾਨੂੰ ਗ੍ਰਿਫਤਾਰ ਕਰਾਓ ਕਹਿੰਦੇ ਤੇਰੇ ਕੋ ਤੇਰੇ ਪੀਰ ਆਉਣਗੇ ਤੂੰ ਇਹ ਕਰੇਗਾ ਸਾਡੇ ਪੀਰ ਸੇਵਾ ਕਰਨੀ ਜਦੋਂ ਮਰਜੀ ਆ ਜਾ ਜਿਵੇਂ ਦੋ ਮਰਜੀ ਹੱਥ ਕਰ ਲੈ ਤਿਆਰ ਪਰ ਤਿਆਰ ਬੈਠੇ ਆਂ ਦੇਖੋ ਪ੍ਰੇਮ ਕਹਿੰਦੇ ਪਤਾ ਨਹੀਂ ਰੰਗ ਜੇਵ ਦਾ ਕਹਿੰਦੇ ਸਾਰਾ ਕੁਝ ਪਤਾ ਮੁੰਡਾ ਮਾਲਕ ਬੈਠੇ ਕੋਲ ਖੁਦ ਪਰਮੇਸ਼ਰ ਮਾਰਾ ਖੁਸ਼ ਕਹਿੰਦੇ ਸ਼ਮੀਰ ਕੀ ਚਾਹਨਾ ਕਹਿੰਦੇ ਮਾਰਾ 84 ਘਟ ਦਿਓ ਕਹਿੰਦੇ ਛਾ ਕਹਿੰਦੇ ਠੀਕ ਹੈ ਉਹ ਨਾਨ ਪਾਸ਼ਾ ਮਿਹਰ ਕਰਨਗੇ ਰਾਤ ਸੁੱਤਾ ਕਦੀ ਕਿਸੇ ਜੂਨ ਕਦੀ ਕਿਸੇ ਜੂਨ ਕਦੀ ਕਿਸੇ ਸਾਰੀ ਰਾਤ ਚੜਾਲਾਂ ਦੇ ਜਨਮ ਬਹੁਤ ਗਰੀਬੀ ਖਾਣ ਨੂੰ ਨੇ ਬੰਦੇ ਦਰ ਆ ਚੜਿਆ ਪੀਲੂ ਖਾ ਰਿਆ ਦਾਣਾ ਟੁੱਟ ਗਿਆ ਥੱਲੇ ਡਿੱਗ ਪਿਆ ਮੂੰਹ ਚ ਭੀਲੂ ਮਹਨ ਮਹਾਰਾਜ ਹੋ ਗਿਆ ਮਹਾਰਾਜ ਵਿਰਾਤ ਕੀ ਮੈਂ ਤਾਂ ਟਗਾਈ ਨਹੀਂ ਆਇਆ ਸਾਰੀ ਰਾਤ ਹੀ ਘੁੰਮੇ ਗਿਆ ਕਹਿੰਦੇ ਤੂੰ ਕਹਿੰਦਾ 84 ਕੱਟਦੇ ਨਾ ਉਹ ਸੁਪਨੇ ਚ ਬੁਖਤਾਤੀ ਸਾਰੇ ਸੁਪਨੇ ਚ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਈਐ ਜੋ ਜੰਬਕ ਗਰਸੇ ਇਹ ਜੇ ਨਹੀਂ ਚੱਲਿਆ ਫੇ ਗਿੱਦੜਾ ਦਾ ਕੀ ਡਰ ਤੇ ਜੇ ਮਾਰੇ ਸ਼ਰਮ ਲੈ ਲਈ ਫੇ ਕਰਮ ਗੁਰਮ ਕੀ ਹੈ ਮਾਰੇ ਫੇ ਲਕੀਰ ਫੇਰ ਦਿੰਦੇ ਆ ਚਲੋ ਭਾਈ ਸੋ ਇਸ ਵਾਸਤੇ ਮਹਾਰਜ ਕਿਰਪਾ ਕਰੋ ਸਾਡੇ ਕਰਮਾਂ ਦੀ ਗਿਣਤੀ ਮਿੰਤੀ ਨਾ ਕਰਿਓ ਆਪਣਾ ਬਿਰਦ ਪਸਾਨ ਤੁਹਾਡਾ ਬਿਰਦ ਧਰਮ ਕੀ ਹੈ ਰਵਿਦਾਸ ਨੰਦ ਦੇ ਸਿੱਧਾ ਗਿਆ ਪਰਵਾਨ ਸਾਨਸਰ ਨਮੇ ਤੁਹਾਡੇ ਬਹੁਤ ਨਾਮ ਹੈ ਇੱਕ ਨਾਮ ਤੁਹਾਡਾ ਪਤਿਤ ਪਵਨ ਵੀ ਹੈਗਾ ਹੈ ਕਹਿੰਦੇ ਹੈਗਾ ਕਹਿੰਦੇ ਜੇ ਪਿੱਛੇ ਪਾਪੀ ਬਖਸ਼ਿਆ ਮੁੰਨ ਬਖਸ਼ਿਆ ਤੇ ਉਹਨਾਂ ਚ ਮੈਨੂੰ ਗਿਣ ਲਓ ਮੈਨੂੰ ਵੀ ਬਖਸ਼ ਦਿਓ ਜੰਦੇ ਰਹਾ ਸੁਣ ਬੜਾ ਸਿਆਣਾ ਬਣ ਗਿਆ ਹਾਂ ਕੋਈ ਨੂੰ ਕੋਈ ਗੱਲ ਕੱਢੇ ਹੀ ਲੈਣਾ ਕਿਤੇ ਉਹਨਾਂ ਕਿਤੇ ਉਹ ਹੰਦੇ ਵਾਹ ਮਹਾਰਾਜ ਸਿਆਣ ਸਾਡੀ ਕਾਦੀ ਤੁਹਾਡੀ ਮਿਹਰ ਆ ਤੁਹਾਡੀ ਬਖਸ਼ਿਸ਼ ਆ ਇਹ ਆਪ ਜੀ ਦੀ ਕਿਰਪਾ ਆ ਜਿਹੜੀਆਂ ਦੁਨਿਆਵੀ ਸਿਆਣ ਪਹਿ ਤਾਂ ਫੇਲ ਹੋ ਜਨੀਆਂ ਇਹ ਸਿਆਣ ਪੇ ਜੜੀ ਐ ਕਿ ਤੇਰੀ ਕਿਰਪਾ ਨਾਲ ਸੂਝ-ਬੂਝ ਆਉਂਦੀ ਐ ਸੋ ਇਸ ਕਰਕੇ ਆਪਣਾ ਬਿਰਦ ਤੁਹਾਡਾ ਬਿਰਦ ਧਰਮ ਫਰਜ਼ ਕੀ ਐ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਇਹ ਉਹਦਾ ਬਿਰਦੇ ਉਹ ਆਪਣੇ ਨੂੰ ਬਖਸ਼ ਦਿੰਦਾ ਲਾਸ਼ੁਣ ਕਰਨ ਲਗੇ ਸ਼੍ਰੀ ਰਾਮਚੰਦਰ ਮਾਰਨ ਕਹਿੰਦੇ ਮਹਾਰਾਜ ਬੜਗੜੇ ਪਾਪੀ ਹੁੰਦੇ ਜਦੋਂ ਬੇਂਤੀ ਕਰ ਤੂੰ ਇੱਕ ਦਮ ਹੀ ਢਲ ਜਾਂਦੇ ਕਹਿੰਦੇ ਸਾਡਾ ਬਿਰਦੇ ਇਹੋ ਜਿਹਾ ਪਰ ਸ਼ਰਤ ਇਹ ਪਾਪੀ ਆ ਕੇ ਪਾਪੀ ਮੰਦਾ ਨਹੀਂ ਜੇ ਮੰਨ ਲੈ ਮਸੂਦੇਂ ਦੇ ਅਲੂ ਜਾਂਦੇ ਵੱਡੇ ਪੁਰਸ਼ਾਂ ਵਿੱਚ ਖੇਮਾ ਬਹੁਤ ਹੁੰਦੀ ਨਾ ਕਹਿੰਦੇ ਆਪਣਾ ਬਿਰਦ ਪਛਾਨ ਆਪਣੇ ਬਿਰਦ ਨੂੰ ਪਛਾਨੋ ਆਪਣੇ ਧਰਮ ਨੂੰ ਸਾਨੂੰ ਪਾਪੀਆਂ ਨੂੰ ਬਖਸ਼ ਦੇਣਾ ਕਰੋ ਹੱਥ ਦੇ ਰਾਖੇ ਕਰ ਆਪਣੇ ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ ਨਾ ਉਹਨਾਂ ਦੇ ਸਿਰ ਤੇ ਅਸ਼ੀਰਵਾਦ ਦਾ ਹੱਥ ਰੱਖ ਕੇ ਉਹਨੂੰ ਬਚਾ ਲੈਂਦਾ ਬਲ ਦੀ ਅਗ ਵਿੱਚ ਵੀ ਬਚਾ ਲੈਂਦਾ ਆ ਦਿੱਲੀ ਜੱਲੇ ਚ 88 ਦਾ ਘਲੂਗਰਾ ਹੋਇਆ ਨਾ ਤੇ ਬਾਬਾ ਜਵਾਲਾ ਸਿੰਘ ਜੀ ਦੇ ਪ੍ਰੇਮੀ ਉਹ ਅਤ ਬਹੁਤ ਖੁਸ਼ ਬੜੇ ਰਿਸ਼ਤੇਦਾਰ ਵੀ ਹੋਣਗੇ ਹੋਰ ਵੀ ਉਹ ਪ੍ਰੇਮੀਆਂ ਨੇ ਬਚਨ ਦੱਸੇ ਕਿ ਚੁਆਤੀਆਂ ਫੜੀਆਂ ਆ ਰਹੇ ਸੀ ਸਿੱਦੇ ਬੋਤਲਾਂ ਫੜੀਆਂ ਤੇਲ ਕਹਿੰਦੇ ਐਸੀ ਕੁ ਕਲਾ ਬਰਤਦੀ ਸੀ ਉੱਥੇ ਹੀ ਮੁੜ ਜਾਂਦੇ ਸੀ ਤੇ ਮਾਂਪੁਰ ਖਾਨਾ ਰੱਖਿਆ ਕੀਤੀ ਜਦੋਂ ਕਿਸੇ ਦੇ ਬਣ ਜਾਈਏ ਫੇਰੇ ਕਰੂ ਤੇ ਜੇ ਬਾਣਾ ਹੀ ਨਹੀਂ ਤੇ ਫੇਰ ਕਰਨੀ ਕਹਿੰਦੇ ਆ ਜਿਹੜਾ ਅਵਾਰਾ ਉਹਦੇ ਤੇ ਫੇਰ ਡੰਡੇ ਹੀ ਪਾਉਂਦੇ ਨਾ ਜਿਹੜਾ ਕਿਸਦਾ ਬਣਿਆ ਹੋਵੇ ਕੋਤਾ ਵੀ ਅਵਾਰਾ ਹੋਵੇ ਮਿਊਨਿਸਪੈਲਟੀ ਵਾਲੇ ਜ਼ਹਿਰ ਦੀਆਂ ਗੋਲੀਆਂ ਪਾਉਂਦੇ ਜੇ ਗੱਲ 'ਚ ਪਟਾ ਪਾਇਆ ਹੋਵੇ ਫੇਰ ਕਹਿੰਦੇ ਕਿਸ ਦਾ ਰੱਖਿਆ ਉਹਦੀ ਪੜਤਾਲ ਕਰੀ ਉਹਦੇ ਘਰ ਛੱਡ ਕੇ ਆਉਂਦੇ ਆ ਤੇ ਜੇ ਅੰਮ੍ਰਿਤ ਛਾ ਕੇ ਗੁਰੂ ਦਾ ਪਟਾ ਗੱਲ ਚ ਹੋ ਫੇ ਤਾਂ ਮਾਰ ਰੱਖਿਆ ਕਰਨਗੇ ਤੇ ਜੇ ਆਵਾਰਾ ਘੁੰਮਦੇ ਆ ਫੇ ਨਹੀਂ ਪਾਈ ਕਹਿੰਨੇ ਕਰਨੀ ਸੋ ਇਸ ਕਰਕੇ ਕਹਿੰਦੇ ਆ ਹੱਥ ਦੇ ਰਾਖਿਆ ਕਰ ਆਪਣੇ ਹੁਣ ਜੋਗਾ ਸਿੰਘ ਆਇਆ ਚਾਰਪੁਰ ਆ ਕੇ ਕੋਈ ਕਮਜ਼ੋਰੀ ਹੋਣ ਲੱਗੀ ਸੀ ਨਾ ਤੇ ਪਹਿਰੇਦਾਰ ਬਣ ਕੇ ਖੜਿਆ ਕਿਧਰ ਚਲੇ ਆ ਐਸ ਜਿਹੜਾ ਕਹਾਕੀਦੰ ਦਾ ਟਾਈਮ ਐ ਦੋ ਤਿੰਨ ਵਰੀ ਗਿਆ ਤੇ ਮਾਰੇ ਮੋਰੇ ਮਿਲੇ ਆਨੰਦਪੁਰ ਗਿਆ ਉਹ ਕਹਿੰਦੇ ਘਰ ਪਤੀ ਵਰਤਾ ਇਸ ਧੀਆਂ ਲਾਮਾਂ ਤੇ ਛੱਡ ਕੇ ਦੌੜਿਆ ਤੇ ਸ਼ਿਆਰਪੁਰ ਕਿੱਧਰ ਤੁਰਿਆ ਜਾਂਦਾ ਫੇਪੜਾ ਲਗੋ ਪੈਰੀਂ ਧੰਨੀ ਮਾਰੇ ਚਗੇ ਗਾਜੀ ਕੇ ਬੋਲੋ ਪਰ ਜੇ ਜੋਗਾ ਗੁਰੂ ਦੇ ਜੋਗਾ ਹੋਇਆ ਤੇ ਰਖਿਆ ਕੀਤੀ ਤੇ ਅਸੀਂ ਉਹਦੇ ਜੋਗੇ ਨਹੀਂ ਬਣੇ ਤੇ ਸਾਡੀ ਰਖਿਆ ਕਿਵੇਂ ਕਰਨਗੇ ਇਸ ਕਰਕੇ ਕਹਿੰਦੇ ਜੇ ਉਹਦਾ ਬਣ ਜਾਂਦਾ ਨਾ ਹੱਥ ਦੇ ਰੱਖਿਆ ਕਰ ਆਪਣੇ ਹਾਂਜੀ ਅੱਗੇ ਸਦਾ ਸਦਾ ਰੰਗ ਮਾ ਉਹ ਗੁਰਮੰਗ ਸਦਾ ਸਦਾ ਗੁਰ ਸਿੱਖੀ ਗੁਰਮਤਿ ਨਾਮ ਬਾਣੇ ਆਤਮਾ ਦੇ ਆਨੰਦ ਨੂੰ ਮਾਣਦੇ ਹਨ ਸਾਚਾ ਸਾਹਿਬ ਸਦ ਮਿਹਰਵਾਨ ਉਹ ਤਾਂ ਸੱਚਾ ਸਾਹਿਬ ਸਦਾ ਮਿਹਰਮਾਨ ਕਈ ਕਹਣਗੇ ਹੁਣ ਤਾਂ ਰੱਬ ਵੀ ਸਾਡੇ ਨਾਲ ਰੋਸ ਗਿਆ ਸਾਡੀ ਗੱਲੇ ਨਹੀਂ ਸੁਣਦਾ ਸਾਡੇ ਘਰ 'ਚ ਬੜਾ ਕਲੇਸ਼ ਹੈ, ਬਿਮਾਰੀ ਹੈ, ਜਹਿਮਤ ਹੈ, ਗਰੀਬੀ ਹੈ, ਫਲਾਣਾ ਤੇ ਮਗੜਾ ਹੈ। ਹਾਂਜੀ। ਅਸੀਂ ਰੁੱਸੇ ਬੈਠੇ ਹਾਂ ਉਹ ਨਹੀਂ ਰੁੱਸਦਾ। ਅਸੀਂ ਰੁੱਸ ਗਏ ਉਹਦੇ ਨੂੰ। ਉਹਦੀ ਗੱਲ ਸੁਣਨੀ ਛੱਡਤੀ। ਹਰ ਵੇਲੇ ਮੋਬਾਈਲਾਂ ਦੇ ਵਿੱਚ ਗੰਦੀਆਂ ਪਿਕਚਰਾਂ ਦੇ ਦੇ ਹੋਰ ਕਿੰਨਾ ਕੁਝ। ਅੱਗੇ ਕੋਈ ਮਹਾਂਪੁਰਖ ਜਾਏ। ਮੌਲਾਕਾਈ ਤੁਰ ਪਣ। ਫੇਰ ਘਟ ਗਈ ਸ਼ਰਦਾ ਫੇਰ ਉਹ ਸ਼ਹਿਰ ਤੁਰ ਪਣੂ ਫੇਰ ਘਟ ਗਈ ਫੇਰ ਮਹੱਲੇ ਦੇ ਆ ਜਾਣੇ ਕਿ ਉਧੋਂ ਹੀ ਜਾਂਦੀ ਰਹੀ ਜਿਨ੍ਹਾਂ ਕੋ ਗਿਆ ਉਹਨਾਂ ਦੇ ਪਰਿਵਾਰ ਆ ਜਾਣੇ ਹੁਣ ਇੱਥੇ ਆ ਕੇ ਖੜਿਆ ਆ ਜੇ ਗਿਆਨੀ ਜੀ ਨੇ ਬੁਲਾਇਆ ਨਾ ਦੁਹਾਨਾ ਨਹੀਂ ਪੇ ਗਿਆਨੀ ਜੀ ਦਾ ਉਹ ਆਪਣਾ ਕੀ ਲੱਗਦਾ ਇਹ ਗੱਜ ਕੇ ਬੋਲੋ ਆ ਕਰਾਂ ਦੇ ਲੋਰ ਇਸ ਤੇ ਦਰ ਆਉਂਦੇ ਆ ਬੱਜੇ ਸੋਹਣੇ ਮੋਬਾਈਲ ਦੇਖੀ ਜਾਂਦੇ ਕਦੀ ਹੈਗਾ ਉੱਠ ਕੇ ਸਤਿਕਾਰ ਕਰੀ ਜਾ ਮੈਂ ਮਹਿਮਾਨ ਆਇਆ ਕੁ ਰਿਸ਼ਤੇਦਾਰ ਆਇਆ ਉਹ ਤਾਂ ਪੜ੍ਹਾਈ ਖਤਮ ਹੋ ਗਈ ਸਕੂਲਾਂ ਕਾਲਜਾਂ ਡਿਗਰੀਆਂ ਡਿਪਲੋਮੇ ਤਾਂ ਬਹੁਤ ਦੇ ਦਿੱਤੇ ਇਹ ਚੀਜ਼ ਦੀ ਸਿੱਖਿਆ ਦੀ ਲੋੜ ਸੀ ਉਹ ਤੋਂ ਅਸੀਂ ਬਾਂਝੇ ਹੋ ਗਏ ਕਿਹਦਾ ਸਤਿਕਾਰ ਅਮਰੀਕਾ ਦੇ ਆਪਣੇ ਪ੍ਰੇਮੀ ਦੇ ਡਾਕਟਰ ਸਾਹਿਬ ਆ ਵਾਇਕਲ ਬੱਚਿਆਂ ਨੂੰ ਕਈ ਥਾਂ ਕੈਂਪ ਲਾਉਂਦੇ ਨਾ ਅਸੀਂ ਗੁਰਮੰਤੇ ਉਹ ਸਖਾਲ ਦੇ ਬਹੁਤ ਹੀ ਮਨਮਤੇ ਆ ਉਹ ਬੱਚਿਆਂ ਨੂੰ ਇਹੋ ਜਿਹਾ ਜਰੀਲਾਪਨ ਭਰ ਦਿੰਦੇ ਨਾ ਉਹ ਕੁਦਰਤੀ ਉਥੇ ਜਾਣ ਦਾ ਸੁਭਾਗ ਹੋਇਆ ਉਹ ਬੱਚਾ ਵੀ ਗੁਰਨਾਮ ਅਨੁਪਾਸ਼ਾ ਕਿਰਪਾ ਨਾਲ ਬੇਰ ਸਭ ਨੂੰ ਮਿਲਿਆ ਸੀ ਉਥੇ ਵੀ ਥੋੜੀ ਜਿਹੀ ਗੁੜਤੀ ਦਿੱਤੀ ਜੇ ਲੋਗਿਆ ਆਪਣੀ ਭੂਆ ਫੁੱਫੜ ਕੋ ਨਮਸਕਾਰ ਕੀਤੇ ਬਹੁਤ ਸਤਿਕਾਰ ਬੋਲਵਾਨੀ ਵੀ ਉਹ ਵੀ ਪੁੱਛ ਰਿਹਾ ਉਹਦੇ ਪਿਤਾ ਮਾਤਾ ਨੂੰ ਵੀ ਅੱਗੇ ਤੇ ਇਹਦਾ ਇਹੋ ਜਿਹਾ ਹੀ ਹੁੰਦਾ ਸੀ ਵੀ ਹੁਣ ਉਹ ਵੇ ਮੇਰੇ ਵਾਲਾ ਇਸ਼ਾਰਾ ਕੀਤਾ ਵਿਆਹਾ ਸੀ ਕੋਈ ਨੂੰ ਗੁੜਤੀ ਦੇ ਗਿਆ ਹਨੀ ਉਹਨਾਂ ਬੱਚੀ ਦੇ ਦੇਖ ਕੇ ਉਹਨਾਂ ਦੀ ਸ਼ਰਦਾ ਬੇਤੁਰ ਪਈ ਅੱਜ ਇਹ ਚੀਜ਼ਾਂ ਹੈ ਨਹੀਂ ਨਾ ਤਾਂ ਮਾਂ ਪਿਓ ਫਾਰੀ ਸਮਝਦੇ ਨਾ ਸਕੂਲਾਂ ਦੇ ਉਸਤਾਦ ਟੀਚਰ ਪ੍ਰੋਫੈਸਰ ਪ੍ਰਿੰਸੀਪਲ ਸਮਝਦੇ ਇਸ ਕਰਕੇ ਜਿਹੜਾ ਸਮਾਜ ਅੰਨਾ ਬੋਲਾ ਬਣਿਆ ਪਿਆ ਇਹ ਗੱਲ ਗੱਲ ਤੇ ਆ ਕੇ ਸਹੀ ਹੈ ਸਾਨੂੰ ਹੁਣ ਜਨਮ ਤੋਂ ਇਹ ਸਿੱਖਿਆ ਮਿਲੀ ਹੈ ਸਾਦਾ ਜਾਏ ਉੱਥੇ ਵੀ ਇਹ ਸਿੱਖਿਆ ਮਿਲੀ ਸਤਿਵਚਨ ਦੀ ਪੜਾਈ ਸਿਖਾ ਲਈ ਗਈ ਇਹੇ ਸਿਖਾਉਨੇ ਆ ਨਹੀਂ ਮਰੇ ਤੇ ਵੀ ਕੱਲੇ ਉਹ ਲੰਗਰ ਚਾ ਗਿਆ ਮੁੰਡੇ ਪੜ੍ਹੇ ਲਿਖੇ ਆ ਜੂਨੀਵਰਸਿਟੀ ਡਿਗਰੀਆਂ ਕੀਤੀਆਂ ਮੈਂ ਆ ਗੱਗਾ ਤੇਰੀ ਮਾਂ ਨੇ ਤੈਨੂੰ ਰੋਟੀ ਖਾਣੀ ਨਹੀਂ ਸਿਖਾ ਲਈ ਕਹਿੰਦਾ ਜੀ ਕਿਵੇਂ ਪਰ ਰੋਟੀ ਦਾ ਪਾ ਬਹੁਤ ਵਧੀਆ ਖਾਨੇ ਆ ਮੈਂ ਖਾਂਦੇ ਤਾਂ ਬਹੁਤ ਵਧੀਆ ਸੁਆਦ ਵੀ ਸੀ ਪਰ ਆ ਥਾਲੀ ਤਾਂ ਐ ਹੁੰਦੀ ਬੜੀਏ ਯੇ ਮੇ ਮਜ਼ਦੂਰੀ ਕਰਨ ਵਾਲੇ ਦਾ ਬੱਠਲ ਡਿਬੜਿਆ ਹੁੰਦਾ ਸੀਮੈਂਟ ਨਾਲ ਸਿਆਣਾਪੁਰ ਜ਼ਿਲ੍ਹੇ ਭੋਜਨ ਸ਼ੋਗੋ ਨਾ ਅੱਧੀ ਰੋਟੀ ਬਿਚਾ ਕੇ ਰੱਖੂਗਾ ਉਹਦੇ ਨਾਲ ਐ ਥਾਲੀ ਸਾਫ਼ ਕਰ ਦੂ ਅੰਨੇ ਦੀ ਹੈ ਕਰਗੀ ਬਣਾ ਦੂਗਾ ਤੇ ਜਿਲੇ ਉਹ ਖੁਸ਼ਕ ਬੁਰਕੀ ਖਾਊਗਾ ਗਾਲ ਸਾਫ਼ ਹੋ ਜਾਊ ਪਾਣੀ ਪੀ ਕੇ ਗळा ਨਹੀਂ ਕਦੀ ਬੈਠੂਗਾ ਪਤੀਆਂ ਨਹੀਂ ਪਹਿਣਗੀਆਂ ਨੂੰਨੇ ਪੜਾਈ ਦੇ ਕੋ ਪੂਟਰੇ ਚ ਮਿਲਣੀ ਨਹੀਂ ਤੇ ਜੇ ਲੈ ਲੈ ਬੜਿਓ ਰੱਖੋਂਗੇ ਇੱਕ ਤਾਂ ਜਿਹੜਾ ਸਾਫ਼ ਕਰਨ ਵਾਲਾ ਉਹਨੂੰ ਵੀ ਕਜਾਨਾ ਹੋਊਗੀ ਉਹਦੇ ਹੱਥ ਲੱਭਣਗੇ ਦੂਜੇ ਪੈਪ ਵੀ ਖਰਾਬ ਹੋਣਗੇ ਸਿੰਕ ਵੀ ਸਾਰਾ ਧੰਦਾ ਹੋ ਜਾਊ ਤੇ ਉਪਰੋਲਾ ਜਿਆ ਉਹਦੇ 'ਚ ਵੀ ਜਰਾ ਤੁਸੀਂ ਬਿਮਾਰੀ ਦਾ ਘਰ ਬਣ ਜਾਊ ਕਿੰਨੇ ਦੋਸ਼ ਪੈਦਾ ਹੋਣਗੇ ਉਹ ਉਪਰੋਲਾ ਫੇਰ ਨਵੇਂ ਬਰਤਣਾ ਪਊਗਾ ਹੁਣ ਤਾਂ ਕੰਮ ਨਹੀਂ ਦੇਣਾ ਹੁਣ ਆਪਾਂ ਅਮੀਰ ਜੱਦੇ ਜਾਦੇ ਚਲੋ ਛੱਡ ਦਿਓ ਦੁਆ ਵਰਤ ਲੈਣੇ ਹਰ ਚੀਜ਼ ਦੇ ਪਿੱਛੇ ਕੋਈ ਸਿੱਖਿਆ ਹੈ ਪਰ ਸੰਗਤ ਕਰਾਂਗੇ ਤੇ ਇਹ ਸਿੱਖਿਆ ਆ ਪਹਿਲਾ ਮਾਇਆ ਪ੍ਰਸ਼ਾਦ ਦੇਣਾ ਫਿਰ ਉਹ ਕਾਗਜ਼ ਨਾਲ ਵਰਤੋਂਦੇ ਆ ਇਹ ਪਰਵਤੋਂ ਦੇ ਨਾ ਉਹ ਹੱਥ ਪੂੰਝ ਕੇ ਘਰ ਵੀ ਸੁੱਟ ਦਿੰਦੇ ਤੇ ਹੁਣੇ ਤਾਂ ਕਿਹੜਾ ਪ੍ਰਸ਼ਾਦ ਨੂੰ ਤੂੰ ਕਿਰਪਾਨ ਭੇੜੇ ਭੋਗ ਲਾਉਂਦਾ ਸੀ ਉਹਨੂੰ ਤੂੰ ਘਰ ਵੀ ਸਿੱਟਣ ਡਿਆ ਉਹਦੀ ਬੇਅਦਵੀ ਕਰ ਰਿਹਾ ਤੇ ਫੇਰ ਬਖਸ਼ਿਸ਼ ਕਿਥੋਂ ਲੈ ਲਾਂਗਾ ਉਪਰਸ਼ਾਦ ਸੀ ਛਗਣਾ ਸੀ ਛਾਕੇ ਚਿਹਰੇ ਦੇ ਫੇਰਣਾ ਸੀ ਇਹ ਗੁਰੂ ਨਾਨਕ ਦੇ ਘਰ ਦਾ ਸਰਟੀਫਿਕੇਟ ਸੀ ਇਹ ਲੈ ਜਾਣਾ ਸੀ ਚਿਹਰਾ ਲਿਖਣਾ ਸੀ ਪਤਾ ਹੀ ਪੁਰ ਗੁਰਦਵਾਰੇ ਆਇਆ ਨਹੀਂ ਤੇ ਪਤਾ ਨਹੀਂ ਸੱਲਮਾ ਦੇ ਕੇ ਆਇਆ ਇਹ ਚੀਜ਼ਾਂ ਲੋਪ ਹੁੰਦੀਆਂ ਜਾ ਰਹੀਆਂ ਤੇ ਗਿਆਨੀ ਧਿਆਨੀ ਵੀ ਇਹ ਗੱਲਾਂ ਨਹੀਂ ਦੱਸਦੇ ਸੋ ਇਸ ਵਾਸਤੇ ਹਰ ਜੀ ਦੇ ਪਿੱਛੇ ਬੜੀ ਤਕੜੀ ਫਲਸਫੀ ਹੈ ਜੋ ਮਾਰੇ ਨੇ ਉਸੂਲ ਬਣਾਏ ਸੀ ਉਹਨਾਂ ਤੋਂ ਅਸੀਂ ਬਹੁਤ ਦੂਰ ਤੁਰੇ ਜਾ ਰਹੇ ਹਾਂ ਜੀ ਦੇ ਕਾਰਨ ਅੱਜ ਸਾਡੀ ਕੌਮ ਦਾ ਅਦੋਪਤਨ ਵਾਧਾ ਜਾ ਰਿਹਾ ਜੇ ਤੁਸੀਂ ਇਹ ਗੱਲ ਲੰਘਦਾ ਸੀ ਉਹਨੂੰ ਦੇਖ ਕੇ ਦੁਨੀਆ ਦੇ ਦਰਸ਼ਨ ਕਰ ਕਰੇ ਪ੍ਰਭਾਵਿਤ ਹੋ ਜਾਂਦੀ ਸੀ ਇਹ ਲੋਕ ਪੜਦੇ ਹੁੰਦੇ ਸੀ ਆਏ ਨਹੀਂ ਨਿਹੰਗ ਹੈ ਨਾ ਰੇਡੀਓ ਖੋਲ ਦਿਓ ਨਾ ਸੰਗ ਬੂਏ ਖੋਲ ਦਿਓ ਨਾ ਸੰਗ ਇੰਨਾ ਸ਼ਰਦਾ ਸੀ ਕਿ ਹੁਣ ਅਗਲਾ ਦੇਖਦਾ ਵੀ ਆਇਆ ਦੁਪਰੇ ਨੂੰ ਖਸ ਕੇ ਪਿੰਨ ਪਤਾ ਨਹੀਂ ਕੀ ਭੱਦਨਕਾਰੀ ਕਰ ਜਾਣੀ ਜਾਂਦੇ ਆ ਅਸੀਂ ਆਪਣਾ ਵਿਸ਼ਵਾਸ ਗੁਆ ਲਿਆ ਈਮਾਨ ਗੁਆ ਲਿਆ ਇਹ ਸਿੱਖਿਆ ਦੀ ਬੜੀ ਕਮੀ ਆ ਗਈ ਹੈ। ਬਾਕੀ ਦਾ ਬਹੁਤ ਕੁਝ ਇਹ ਵਿਦਿਆ ਬੜੀ ਅਵਿਦਿਆ ਤੋਂ ਸੰਤਨ ਕੀ ਸਾਰ ਨਾ ਜਾਣੀ। ਇਹ ਵਿਦਿਆ ਅਵਿਦਿਆ ਬਣ ਗਈ। ਇਹਨਾਂ ਮਹਾਂਪੁਰਖਾਂ ਦੀ ਸਾਰੇ ਨਹੀਂ ਜਾਣੀ। ਜਿੱਥੋਂ ਸਿੱਖਿਆ ਮਿਲਣੀ ਸੀ। ਉਹ ਸਾਡੇ ਵੀ ਲਾਣੇ ਬਾਣੇ 'ਚ ਬਹੁਤ ਘਾਟਿਆ। ਨਾ दान ਪਵਿਆ ਨਾ ਕੋਈ ਸ਼ਾਸਤਰੀ ਵਿਦਿਆ ਦਾ ਗਿਆਨ ਹੈ। ਮਾਸੋ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਚੱਲ ਟਾਈਮ ਪਾਸ ਹੋਈ ਜਾਂਦਾ ਸੋ ਇਸ ਵਾਸਤੇ ਗੁਰੂ ਮਹਾਰਾਜ ਕਿਰਪਾ ਕਰਦੇ ਹਨ ਸੱਚਾ ਸਾਹਿਬ ਸਦ ਮਿਹਰਵਾਨ ਉਹ ਸੱਚਾ ਸਾਹਿਬ ਅਜਕਲ ਤਾਂ ਝੂਠੇ ਬਹੁਤ ਬਣ ਗਏ ਹਰੇਕ ਨੇ ਸਾਹਿਬ ਲਈ ਜਾਂਦੇ ਸਾਹਿਬ ਕੌਣ ਆ ਜਿਹੜਾ ਸੱਚਾ ਔਰ 사ਦਾ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀਸ ਅਗਲੋ ਕੋ ਦੇਦਾਨ ਤੂੰ ਕਾਹੇ ਡੋਲੇ ਪ੍ਰਾਨੀਆਂ ਤੁਦ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ਼ ਤੂੰ ਕੀਆ ਹੋਈ ਦੇ ਆਦਾਰ ਹੋਈ ਦੇ ਆਦਾਰ ਦੇ ਆਦਾਰ ਗਿਆਨੀ ਜੀ ਮਦਦ ਕਰ ਲਿਆ ਕਰੋ ਵਾਹ ਗੁਰੂ ਉਹ ਪਾਠੀ ਸਿੰਘ ਨੂੰ ਬਾਣੀ ਜਿਆਦਾ ਚੇਤੇ ਹੁੰਦੀ ਆ। ਵਾਹੇ ਕਿੰਨੀ। ਸੋ ਇਹ ਸੁਆਸਤੇ ਇਹ ਜਿਹੜਾ ਹੈ ਨਾ ਉਹ ਸੱਚਾ ਸਾਹਿਬ ਉਹ ਬੰਦੇ ਬਾਦ ਨੇ ਜਿਹੜਾ ਹੁਕਮ ਨਮ ਉਥੇ ਲਿਖਾ ਸੱਚਾ ਸਾਹਿਬ। ਸੱਚਾ ਸਾਹਿਬ ਕਿਹਨੂੰ ਲਿਖਿਆ? ਕਲਗਿ ਵਾਲੇ ਪਉਸ਼। ਮੂਹਨ ਇਹਨਾਂ ਦੀ ਬੋਲੇ ਤਾਂ ਸਾਹਿਬ ਅਖਰੇ ਨੇ ਸਾਰੇ ਆ। ਸਾਹਿਬ ਤਾਂ ਆਪਣੀਆਂ ਨੂੰ। ਇਧਰ ਸਾਰੇ ਆ। ਇਹਦਾ ਰੱਬ ਦਾ ਹੀ ਕੋਈ ਨਾ ਆਇਆ ਨਾ ਕੋ ਗॉड ਹੋਰ ਨਹੀਂ ਤੇ ਸਾਡੇ ਆ ਜਾਪ ਸਭੇ ਚ 1400 ਰੱਬ ਦੇ ਨਾਮ ਗੱਜ ਕੇ ਬੋਲੋ ਇਹਨਾਂ ਨੂੰ ਪੁੱਛ ਲੋ ਇਹਨਾਂ ਦੇ ਪਾਦਰੀਆਂ ਨੂੰ ਤੇ ਰੱਬ ਦਾ ਨਾ ਗॉड ਤੋਂ ਸਵਾ ਕੋਈ ਹੋਰ ਦੁਆ ਨਾ ਹੈਗਾ ਤੇ ਗੁਰੂ ਮਾਰ ਨੇ ਕਿੰਨੇ ਵਰਣਨ ਕੀਤੇ ਫੇ ਕਿਹਾ ਸਰਬਨਾਮ ਕਥਾ ਕਵਨ ਕਰਨ ਬਰਨਨ ਪਤਨ ਕਹਿੰਦੇ ਅੰਤ ਹੀ ਨਹੀਂ ਤੇਰੇ ਨਾਮਾਂ ਦਾ ਉਹ ਕਹਿੰਦੇ ਨਾ ਕੋਈ ਮਹਾਪੁਰਖ ਸੇ ਉੱਥੇ ਕੋਈ ਨਾਮ ਲੈਣ ਗਿਆ ਰਾਜਾ ਕੋਈ ਉੱਥੇ ਵਿਚਾਰਾ ਆਪਣੇ ਕੋਈ ਖੇਤਾਂ 'ਚ ਕੰਮ ਕਰਦਾ ਸੀ ਕਿਸਾਨ ਉਹਨੂੰ ਵੀ ਚੋ ਗਿਆ ਕਿ ਮਾਰੇ ਮੈਨੂੰ ਵੀ ਨਾਮ ਦੇ ਦਿਓ ਹਾਂਜੀ ਉਹਨਾਂ ਨੇ ਕਿ ਆਪੇ ਇਸ ਤਰ੍ਹਾਂ ਭਗਵਾਨ ਦਾ ਹੁੰਦਾ 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 ਹਨ ਇਹ ਕਿਸ ਤਰ੍ਹਾਂ ਕੰਮਰ ਬੰਦ ਹੁੰਦਾ ਉਹਨੂੰ ਆੜ ਬੰਦ ਕਹਿੰਦੇ ਆ ਉਹ ਬਾਕੀ ਸਾਰਾ ਪੁੱਲ ਗਿਆ ਸਿੱਧਾ ਪੁਜਰਾ ਸੀ ਜੋ ਲਗਾ ਆੜ ਬੰਦ ਆੜ ਬੰਦ ਜ ਆਪਣਾ ਲਾ ਪਿਆ ਭਗਵਾਨ ਬੀਸ਼ਣੂ ਕਹਿੰਦੇ ਲక్ష్ਮੀ ਸਾਡਾ ਅਜ ਇੱਕ ਨਵੇਂ ਨਾਨਕ ਲਿਆ ਜਿਹੜਾ ਚਾਰੇ ਵੇਦਾਂ ਚ ਵੀ ਹੰਜ ਕਿਸੇ ਗ੍ਰੰਥ ਚ ਵੀ ਹੰਜ ਕਹਿੰਦੇ ਆਛਾ ਤੇ ਆਖੇ ਫੇਰ ਕਿੱਥੇ ਆ ਉਹ ਕਹਿੰਦੇ ਭੁਲਾਨੀ ਉਹ ਬੈਠਾ ਸਮਾਧੀ ਲਾ ਕੇ ਉਥੇ ਆ ਗਿਆ ਉਥੇ ਆ ਲਾ ਲਗਾ ਆੜ ਬੰਦ ਆੜ ਬੰਦ ਆੜ ਬੰਦ ਆਪਾਂ ਤੋਂ ਤਾਂ ਵੈਗੁਰੂ ਬਾਰੇ ਨਹੀਂ ਹੁੰਦਾ ਆੜ ਬੰਦ ਲਗਾਇਆ ਉਹ ਲੋਕ ਜਿਹੜੇ ਪਾਗਲ ਜੀ ਇਹ ਕਿਹਦਾ ਨਾਂ ਜਪਦੇ ਆ ਜਦੋਂ ਬੰਦਾ ਮगन ਹੋਵੇ ਨਾ ਕਿਸੇ ਗੱਲ 'ਚ ਉਹਨੂੰ ਕੋਈ ਛੇੜੇ ਤੇ ਗੁੱਸਾ ਥੋੜਾ ਜਿਹਾ ਆ ਜਾਂਦਾ ਹੁੰਦਾ ਉਹ ਕਹਿੰਦੇ ਤੇਰੇ ਖਾਸਮ ਨਾ ਤੇਰਾ ਖਾਸਮ ਕਿੱਥੇ ਆ ਉਹਦਾ ਖਾਸਮ ਬਿਸ਼ਨੂ ਸੀ ਨਾ ਕੰਦੇ ਟੱਠੇ ਖੁੱਝ ਬੈਠਾ ਉਹ ਬਿਸ਼ਨੂ ਅੱਗੇ ਜਾਣ ਕੇ ਬੈਠਾ ਸੀ ਵੀ ਉਹ ਨਾ ਕਹਿਣਾ ਜਾਣੀ ਜਾਣ ਸੀ ਹੈ ਕਹਿੰਦੇ ਦੇਖਿਆ ਹੀ ਆ ਕਹਿੰਦੇ ਮਾਰੇ ਦੇਖ ਹੀ ਉਹ ਤਾਂ ਪੜਾ ਅੰਤਰਜਾਮੀ ਆ ਮੈਂ ਕਿਦਾ ਨਾਮ ਜਪਦਾ ਉਹ ਕਹਿੰਦਾ ਤੇਰੇ ਖਾਸਮ ਦਾ ਮੈਂ ਕਿਹਾ ਤੇਰਾ ਖਾਸਮ ਕਿੱਥੇ ਆ ਕਹਿੰਦੇ ਠੱਠੇ ਕੋਈ ਤੁਸੀਂ ਅੱਗੇ ਬੈਠੇ ਹੋ ਉੱਥੇ ਕਹਿੰਦੇ ਪ੍ਰੇਮ ਨਾ ਜਿਹੜਾ ਮੈਨੂੰ ਜਪਦਾ ਮੈਂ ਉੱਥੇ ਹੀ ਪ੍ਰਗਟ ਹੋ ਜਾਣਾ ਗੱਲ ਸ਼ਰਦਾ ਦੀ ਹੈ ਮਨ ਜੋੜਨ ਦੀ ਹੈ ਇਸ ਕਰਕੇ ਮਹਾਰਾਜ ਦੱਸਦੇ ਹਨ ਬੰਦ ਪਾਇਆ ਮੇਰਾ ਸਤਗੁਰ ਪੂਰਾ ਇਹ ਜਿਹੜਾ ਮਨ ਆਵਾਰਾ ਸੀ ਨਾ ਇਨੂੰ ਗੁਰੂ ਮਹਾਰਾਜ ਨੇ ਗਿਆਨ ਦੇ ਰਸੇ ਦਾ ਬੰਨ੍ਹ ਪਾ ਦਿੱਤਾ ਇਹ ਮਨ ਆਵਾਰਾ ਹੋਇਆ ਨਾ ਅੱਜ ਹੁਣ ਆਵਾਰਾ ਹੋਏ ਫਿਰਦੇ ਆਂ ਆਵਾਰਾ ਹੋ ਜਾ ਫਿਰ ਡੰਡੇ ਵੀ ਪੈਂਦੇ ਬੁਰਾ ਹਾਲ ਹੁੰਦਾ ਨਾ ਹੁਣ ਕਹਿੰਦੇ ਲਓ ਜੀ ਜੇ ਅਮਰਿਸ਼ਾ ਗੱਲਿਆ ਅਸੀਂ ਹੁਣੇ ਬੰਨਣੇ ਚ ਪੈ ਜਾਈਏ ਅਮਰਿਸ਼ਾ ਕੇ ਬੰਨਣ ਟੁੱਟਦੇ ਆ ਬੰਦਨ ਚ ਪੈਂਦਾ ਨਹੀਂ ਪਰ ਦੁਨੀਆ ਭਲੇਖੇ ਚ ਬੰਦ ਪਾਇਆ ਇਹ ਮਨ ਅਵਾਰਾ ਸੀ ਕੁੰਬੇ ਬਦਾ ਜਲ ਰਹੇ ਜਲਵੇਂ ਕੁੰਬਨਾ ਹੋਏ ਗਿਆਨ ਦਾ ਬੱਧ ਮਨ ਰਹੇ ਗੌਰ बिन ਗਿਆਨ ਨੋ ਹੋਏ ਇਹ ਗਿਆਨ ਮਨ ਨੂੰ ਬੰਧਾ ਗਿਆਨ ਗੁਰੂ ਤੋਂ বিনা ਹੋਣਾ ਨਹੀਂ ਪੂਰੇ ਸਤਿਗੁਰੂ ਨੇ ਕਹਿੰਦੇ ਜਿਹੜਾ ਅਵਾਰਾ ਮਨ ਕਦੀ ਐਨੂੰ ਦੌੜਾ ਫਿਰਦਾ ਹਸਿਆ ਨੂੰ ਪਾਣੀ ਵੀ ਅਵਾਰਾ ਹੋ ਜਾਂਨ ਹੜ ਬਣ ਕੇ ਤਵਾਈ ਮ ਜਾਂਦਾ ਖੜਾ ਡੈਮ ਬੰਦਤਾ ਪਾਣੀ ਕਿੰਨਾ ਬਿਜਲੀ ਕਿੰਨੇ ਨਹਿਰਾਂ ਜੋ ਬੰਦਤਾ ਉਹ ਪਾਣੀ ਕਿੰਨਾ ਪਰਪਕਾਰ ਕਰ ਰਿਹਾ ਇਸ ਤਰ੍ਹਾਂ ਅਵਾਰਾ ਮਨ ਵੀ ਕਲੇਸ਼ ਦਾ ਕਾਰਨ ਬਣ ਜਾਂਦਾ ਇਹ ਅਵਾਰਾ ਮਨ ਇਹ ਟੈਲੀਵਿਜ਼ਨਾਂ ਦੇਖ ਕੇ ਕਲੱਬਾਂ ਪੱਬਾਂ ਜੂ ਘੁੰਮ ਕੇ تھیਟਰਾਂ ਵਿੱਚ ਘੁੰਮ ਕੇ ਹੋਰ ਅਵਾਰਾ ਸੀ ਸਾਈਟਾਂ ਦੇ ਘੁੰਮ ਕੇ ਨਹੀਂ ਇਹਨੂੰ ਬੰਨ੍ਹ ਪੈਣਾ ਇਹ ਤਾਂ ਹੋਰ ਚੰਚਲ ਹੋ ਹੀ ਜਾਂਦਾ ਇਹ ਬੰਨਣਾ ਗੁਰੂ ਨੇ ਆਪਣੇ ਗਿਆਨ ਨਾਲ ਕਨਵਿੰਸ ਕਰਕੇ ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਮੇਰੇ ਪੂਰੇ ਸਤਿਗੁਰਾਂ ਨੇ ਇਹ ਜਿਹੜਾ ਮਨ ਖਿੰਡਿਆ ਪੁੰਡਿਆ ਸੀ ਇਹਨੂੰ ਬੰਨ ਪਾ ਦਿੱਤਾ ਹੈ ਹੋਏ ਸਰਬ ਕਲਿਆਣ ਹੁਣ ਤਾਂ ਕਹਿੰਦੇ ਸਾਰੇ ਪਾਸੇ ਖੁਸ਼ੀਆਂ ਖੁਸ਼ੀਆਂ ਆਨੰਦੇ ਆਨੰਦ ਹੋਵੇ ਜਦੋਂ ਮਨ ਪੁੱਠੇ ਕੰਮ ਕਰਦਾ ਸੀ ਹਰ ਥਾਂ ਕਲੇਸ਼ ਕੋਈ ਨਾ ਕੋਈ ਚਾਂਜ ਡੋਖ ਖੜਾ ਹੀ ਰੰਦਾ ਸੀ ਜਦੋਂ ਦੇ ਗੁਰੂ ਨੇ ਬੰਨ ਪਾਤਾ ਕਹਿੰਦੇ ਸਾਰੇ ਪਾਸੇ ਸਾਰੀਆਂ ਮੁਕਤੀਆਂ ਕੀ ਕਲਿਆਣ ਸਾਰੇ ਸੁਖ ਸ਼ਾਂਤੀ ਪ੍ਰਾਪਤ ਹੋ ਗਈ ਕੋਈ ਕਲੇਸ਼ ਰਹਿ ਹੈ ਹੀ ਨਹੀਂ ਹੈ ਰਹਾਓ ਬਿਸਨਾਮ ਦੇ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਜਿਉ ਪਾਏ ਪਿੰਡ ਜਿਨ ਸਾਜਿਆ ਇਹ ਪਿੰਡ ਸਰੀਰ ਨੂੰ ਸਾਜਿਆ ਪਾਣੀ ਦੀ ਬੂੰਦ ਤੋਂ ਔਰ ਇਹਦੀ ਸਿਰਜਣਾ ਕਰਕੇ ਨਾ 4 ਮਹੀਨਿਆਂ ਚ ਕਲਬੂਤ ਤਿਆਰ ਕੀਤਾ ਨਿਮਨਦੀ ਵਸਤਵ ਸੀ ਫਿਰ ਜਮਨਦੀ ਹੁੰਦੀ ਹੈ 10 ਮਹੀਨਿਆਂ ਬਾਅਦ ਫਿਰ ਭਗਵਾਨ ਨੇ ਕਿਹਾ ਵੀ ਹੁਣ ਇਹ ਜੜ ਹੈ ਇਹਨੂੰ ਚੇਤਨ ਬਣਾਇਆ ਜਾਏ ਫਿਰ ਜਿਹੜੀ ਆਤਮਾ ਸੀ ਨਾ ਉਹ ਤਾਲੂ ਰਾਹੀਂ ਪ੍ਰਵੇਸ਼ ਹੋਈ ਤਾਹੀਂ ਦੇ ਤੇ ਕੇਸ ਸਨ ਬੰਦੇ ਤੇ ਗੁੱਟ ਬਾੜ ਦਿਓ ਲੱਤਾਂ ਬਾਹਾਂ ਵੱਡ ਦਿਓ ਬੰਦਾ ਮਰੇਗਾ ਨਹੀਂ ਧੌਣ ਵੱਡ ਦਿਓ ਜਿੰਦਾ ਰਹੂਗਾ ਕਿਉਂਕਿ ਚੇਤਨ ਸ਼ਕਤੀ 10 ਮਨਦਵਾਰ ਵਿੱਚ 10 ਮਨਦਵਾਰਾ ਅਗਮਾ ਪਾਰਾ ਪਰਮਪੁਰਖੀ ਘਾਟੀ ਤਾਹਾਂ ਨਿਰੰਜਨ ਰਾਮ ਹੈ ਗੁਰਗਮ ਚੀਨੈ ਕੋਈ ਨਿਰੰਜਨ ਨਿਰੰਜਨ ਮਾਇਆ ਰੂਪੀ ਕਾਲਕ ਤੋ ਰਹਤ ਪਰਮੇਸ਼ਰ 10 ਮਨਦਵਾਰ ਵਿੱਚ ਰਹਿ ਰਿਆ ਗੁਰਗੰਮ ਜਿਹੜੇ ਗੁਰੂ ਗਮਤਾ ਵਾਲੇ ਆ ਉਹਨਾਂ ਦੀ ਸੰਗਤ ਕਰਕੇ ਉਹਨੇ ਦਸਿਆ ਹੋਇਆ ਅਕੇਸ਼ਨਾ ਨਾ ਚੱਲ ਕੇ ਫਿਰ ਉਸ ਆਤਮਾ ਪਦ ਨੂੰ ਜੀਨੇ ਕੋਈ ਜਾਣਨ ਵਾਲਾ ਬਣਦਾ ਐਵੇਂ ਨਹੀਂ ਬੇਦਸ ਸਮਰਾਤ ਗੁਰੂ ਸਹਿਰ ਹੱਥੋਂ ਤਰਿਓ ਮਾ ਮਾੜਾ ਜੀ ਕਿਰਪਾ ਕਰਦਣ ਉਹਦੋਂ ਖੋਲ ਦਿੰਦੇ ਉਹ ਕੋ ਪ੍ਰੇਮੀ ਹੁੰਦੇ ਸੀ ਬਾਬਾ ਅਤਰਸਨ ਕਿਰਪਾ ਕਰਦੀ ਉਹਦਾ ਜੀ ਬਹੁਤ ਜ਼ਿਆਦਾ ਕਹਿੰਦੇ ਮਾਰੇ ਤਾਂ ਕਹਿੰਦੇ ਟਕਣ ਜ਼ਿਆਦਾ ਚੁਕਿਆ ਗਿਆ ਕਹਿੰਦੇ ਟਕਣ ਜ਼ਿਆਦਾ ਚੁਕਿਆ ਗਿਆ ਭਾਂਡਾ ਛੋਟਾ ਸੀ ਤੇ ਵਸਤੂ ਸੰਭਾਲਣੀ ਬਹੁਤ ਔਖੀ ਹੈ ਹ ਜਿਆਦਾ ਬਿਜਲੀ ਆ ਜਾਏ ਬਲਬ ਦਾ ਪਟਾਕਾ ਪੈ ਜਾਂਦਾ ਨਾ ਜੇ ਛੋਟੇ ਬਾਟ ਦਾ ਹੋਵੇ ਇਹ ਸੰਭਾਲਣੀ ਵੀ ਬਹੁਤ ਔਖੀ ਹੈ ਇਸੇ ਕਰਕੇ ਸੇਵਾ ਕਰ ਕਰ ਸਿਮਰਨ ਕਰ ਕਰ ਪਹਿਲਾਂ ਆਪਣੇ ਅੰਤਿਸ਼ ਕਰਨ ਨੂੰ ਮਜ਼ਬੂਤ ਬਣਾਉਣਾ ਪੈਂਦਾ ਫੇਰ ਇਹ ਚੀਜ਼ ਸਾਹਮਣੇ ਹੁੰਦੀ ਹੈ ਇੱਥੇ ਸ਼ਰਾਬ ਦੀ ਪਿਆਲੀ ਨਹੀਂ ਲੋਕਾਂ ਤੋਂ ਸਾਹਮਣੇ ਹੁੰਦੀ ਚਾਰ ਕੋਡਾਂ ਆ ਜਣ ਕੱਪੜਿਆਂ ਤੋਂ ਬਾਹਰ ਹੋਏ ਫਿਰਦੇ ਕੋਈ ਪਦਵੀ ਮਿਲ ਜਾਏ ਉਹ ਕਹਿਰ ਵਰਤੌਣਾ ਸ਼ੁਰੂ ਕਰ ਦਿੰਦੇ ਇਹ ਚੀਜ਼ ਰੋਹਾਨੀਆਂ ਦੀ ਇਹ ਹਜ਼ਾਰ ਬਸਤੂ ਆ ਅਚਾਰ ਚਾਰੇ ਤਾਂ ਸਦ ਹੋਈ ਸਿੱਧੀ ਤੇ ਬੁੱਧ ਪਾਈ ਫੇਰ ਜਾ ਕੇ ਗੱਲ ਬਣਦੀ ਹੈ ਇਸ ਕਰਕੇ ਮਹਾਰਾਜ ਇਸ ਅਧਿਆਤਮ ਬਾਤ ਦੀ ਸੋਝੀ ਦੇ ਰਹੇ ਹਨ ਦਿੱਤਾ ਪੈਨਨ ਖਾਨ ਉਹ ਚੇਤਨ ਗੱਲ ਆ ਪਾ ਦਿੱਤੀ ਕਿ ਜੇ ਪੈਰਾਂ ਰਾਹੀਂ ਪ੍ਰਵੇਸ਼ ਕਰਾਂਗੇ ਹਥਾ ਰਾਹੀਂ ਨਾਸਾ ਰਾਹੀਂ ਨੱਕ ਰਾਹੀਂ ਮੂੰਹ ਰਾਹੀਂ ਦਸਮ ਦਵਾਰ ਰਾਹੀਂ ਕੀਤਾ ਕਿਸ ਵਾਰ ਜਿਹੜੇ ਯੋਗੀ ਆ ਉਹ ਫਿਰ ਪ੍ਰਾਨ ਦਾਸ ਦੁਆਰਾ ਹੀ ਕੱਢਦੇ ਆ। ਬਾਕੀਆਂ ਦੇ ਤਾਂ ਹਾਂ ਕਿਸ ਦੇ ਕਿਸ ਪਾਸੇ ਨਿਕਲਿਆ ਕਿਸ ਦੇ ਕਿਸ ਪਾਸੇ ਨਿਕਲਦਾ। ਉਹਨੇ ਸਿੱਧੀ ਪ੍ਰਾਪਤ ਕੀਤੀ ਹੁੰਦੀ। ਦਿੱਤਾ ਪਹਿਨਣ ਖਾਨ ਪਹਿਲਾ ਮਤ ਇਹਦੇ ਉਧਰ ਵਿੱਚ ਸੀ। ਉਦੋਂ ਕਿਨ ਖਰਾਕ ਦਿੱਤੀ। ਕਿਨ ਪਾਲਿਆ। ਜઠਰਾਗ ਨਹੀਂ ਸੀ ਜੋ ਖਾਂਦੀ ਭਸਮ ਹੋਈ ਜਾਂਦੀ ਸੀ। ਇਹਨੂੰ ਸੇਕ ਨਹੀਂ ਲੱਗਣ ਦਿੱਤਾ। ਮਾਤਗਰਮ ਮੈਂ ਆਪਨ ਸਿਮਰਨ ਦੇ ਤਹਿ ਤੋਮਾ ਰੱਖ ਨਹਾਰੇ ਪਾਗ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਤੂੰ ਠਾਗਰ ਸਿਰ ਮੋਰਾ ਇयां ਹੂੰ ਤੁਹਾਰੋ ਤੋਰਾ ਕੀਤੇ ਕੋ ਮੇਰੇ ਸਮਾਨ ਨੇ ਕਰ ਹਰ ਤਰ ਜਾਨੇ ਜਿਸ ਪ੍ਰਮਾਤਮਾ ਨੇ ਕੀਤਾ ਪਦਾਰਥ ਉਨੂੰ ਤਾਂ ਸਿਮੇਰ ਮੰਗ ਅਜਲ ਰਖਦਾ ਮਾਇਆ ਪਦਾਰ ਸਦਾ ਰਹਿਣੇ ਸਰੀਰ ਸਦਾ ਰਹਿਣ ਜਿਨ ਪੈਦਾ ਕੀਤਾ ਉਹਨੂੰ ਕੱਖੋਂ ਵਾਲਾ ਸਮਝ ਬੈਠ ਉਹਨਾਂ ਦੇ ਕਲੇਗਿਆਂ ਨੇ ਕਹਿੰਦੇ ਰੱਬ ਰੂਪ ਕੋਈ ਨਹੀਂ ਕੁਦਰਤ ਹੈ ਉਹਨੂੰ ਪੁੱਛੇ ਕਿ ਤੇਰਾ ਜਨਮ ਮਾਤਾ ਪਿਤਾ ਦੇ ਸੰਯੋਗ ਤੇ ਹੋਇਆ ਕਿ ਕਿਵੇਂ ਹੋਇਆ ਕੁਦਰਤ ਦਾ ਮਾਲਕ ਵੀ ਕੋਈ ਹੈਗਾ ਕੁਦਰਤ ਕੱਲੀ ਕੀ ਹੈ ਜੜਿਆ ਮਾਇਆ ਉਹ ਕਾਦਰ ਹੈ ਕਾਰਨ ਕਰਤੇ ਬਸ ਹੈ ਜਿਨ ਕਲ ਰਖੀ ਧਾਰ ਕਾਸ਼ੀ ਜਾ ਕੇ ਮਾਰਨ ਦੱਸਿਆ ਇਹ ਕਾਰਨ ਮਾਇਆ ਤੋਂ ਨਹੀਂ ਮਾਇਆ ਤਾਂ ਮਹਾਮਾਇਆ ਤਾਂ ਕੀ ਹੈ ਛਾਇਆ ਇਹ ਸਾਰੀ ਖੇਲ ਕਰਤੇ ਦੀ ਹੈ ਸੈਲਸ ਕਰਤੀ ਸਾਰਾ ਗਿਆਨ ਉਹਨਾਂ ਪੰਡਤਾਂ ਨੂੰ ਦਿੱਤਾ ਕਾਸ਼ੀ ਦੇਆਂ ਨੂੰ ਇਸ ਕਰਕੇ ਕਹਿੰਦੇ ਆ ਜੀਵ ਪਾਏ ਪਿੰਡ ਜਨ ਸਾਜਿਆ ਪਹਿਲਾਂ ਪਿੰਡ ਸੀਰ ਸਾਜਿਆ ਫਿਰ ਜੀਵ ਕਲਾ ਚੇਤਨ ਗਲਾ ਪਾਤੀ ਦਿੱਤਾ ਪੈਣਨ ਖਾਣ ਫਿਰ ਖਾਣ ਪੀਣ ਨੂੰ ਦਿੱਤਾ ਹੁਣ ਅੱਜ ਕੱਲ ਸਿੱਧ ਗੱਲ ਮਮਾ ਮਾਸ ਗਰਾਸ ਉਸ ਵੇਲੇ ਮਾਤਾ ਦਾ ਦੁੱਧ ਪੀਤਾ ਸੀ ਕਿ ਮਾਸ ਖਾਦਾ ਸੀ ਦੁੱਧ ਪੀਤਾ ਸੀ ਉਸ ਸਤਨਾਜੂ ਬਸ ਆਰਥ ਆਪਣੀ ਮਰਜ਼ੀ ਦੇ ਲਈ ਜਾਂਦੇ ਇਸ ਕਰੇ ਮਹਾਰਾਜ ਕਹਿੰਦੇ ਦਿੱਤਾ ਪਹਿਨਣ ਖਾਣ ਜਿਹੋ ਜਿਹੀ ਕਿਸ ਦੀ ਖਰਾਕ ਸੀ ਉਹੋ ਜੀ ਪਛਾਖ ਦੇ ਦਿੱਤੀ ਉਹੋ ਜਾਂ ਖਾਣ ਪੀਣ ਨੂੰ ਦਿੱਤਾ ਹੁਣ ਆ ਮੋਰਿਆ ਤੇ ਹਲੋ ਉਹਨੂੰ ਪਛਾ ਕੇ ਉਹੋ ਜੀ ਦਿੱਤੀ ਕਿੰਨੀ ਚਦਰਗਾਰੀ ਕੀਤੀ ਉਹ ਮੇਂ ਪਾਵੇ ਤੇ ਖੁਸ਼ ਬਹੁਤ ਹੁੰਦਾ ਮੋਰ ਬ ਵੀ ਹੈ ਬੋਲਦੇ ਤੇ ਬਦਲ ਮੜਾ ਜਾ ਫੰਗ ਝਾੜਦਾ ਸੁੱਕੇ ਦਾ ਸੁਕਾ ਜਿਹਾਂ ਬੰਦਰ ਸਾਥੀਆਂ ਛਾਦਰੀਆਂ ਕਿਨੋਂ ਕੋ ਜਲਾਇਦੇ ਆ ਕਪੜੇ ਉਹ ਇਹ ਲਾਇਦੇ ਆ ਉਹਨਾਂ ਨੂੰ ਪਸ਼ਾਕਾਂ ਕਿਹੋ ਜਿਹਾ ਪੰਛੀਆਂ ਨੂੰ ਦਿੱਤੀਆਂ ਕਿਵੇਂ ਦਿੱਤੀਆਂ ਇਸ ਕਰਕੇ ਕਹਿੰਦੇ ਆ ਉਹ ਮਾਲਕ ਨੇ ਜਿਹੜੀ ਜਿਹੜੀ ਜੂਨ ਜਿੱਥੇ ਜਿੱਥੇ ਕੋਈ ਹੈਗਾ ਉੱਥੇ ਉੱਥੇ ਸਿਰ ਸਰੀਕ ਸੰਭਾਵੇ ਠਾਕਰ ਸਿਰ ਵੀ ਸਾਰੇ ਨੂੰ ਉੱਥੇ ਪਜਾਰਿਆ ਦਿੱਤਾ ਪਹਿਨਣ ਖਾਣ ਪਹਿਨਣ ਵਾਸਤੇ ਵੀ ਦਿੱਤਾ ਖਾਣ ਵਾਸਤੇ ਵੀ ਦਿੱਤਾ ਹੈ ਆਪਣੇ ਦਾਸ ਕੇ ਆਪ ਪੈਜ ਰਾਖੇ ਆਪਣੇ ਦਾਸ ਦੀ ਪੈਜ ਆਪ ਰੋਂਦੇ ਰੋਕਮਣੀ ਕਹਿੰਦੀ ਮਹਾਰਾਜ ਬੜੇ ਬੀਜੀ ਜਾਪਦੇ ਹਨ ਕਹਿੰਦੇ ਇਸ ਤਰ੍ਹਾਂ ਕਹਿੰਦੇ ਉਹ ਕੀ ਗੱਲ ਕਹਿੰਦੇ ਸਾਰਿਆਂ ਦਾ ਖਾਣ ਪੀਣ ਪਹਿਨਣ ਕਰਨਾ ਪੈਂਦਾ ਕਹਿੰਦੇ ਤੁਸੀਂ ਤਾਂ ਇੱਥੇ ਬੈਠੇ ਆ ਸਾਰਿਆਂ ਦਾ ਕਿਵੇਂ ਕਰਦੇ ਆ ਉਹਨਾਂ ਕੀ ਕੀਤਾ ਤੇ ਬੀਬੀ ਆਲੀ ਚਲੀ ਤਰੀ ਜੇ ਕੀਤੀ ਇੱਕ ਡੱਬੀ 'ਚ ਇੱਕ ਕੀੜਾ ਬੰਦ ਕਰ ਲਿਆ। ਕਹਿੰਦੇ ਮਹਾਰਾ ਸਾਰੇ ਨੂੰ ਦਿੱਤਾ ਘਾਣ ਤਨ ਨੂੰ ਕਹਿੰਦੇ ਸਭ ਨੂੰ ਦਿੱਤਾ। ਕਹਿੰਦੇ ਆ ਡੱਬੀ 'ਚ ਕੀੜਾ ਦੇਖੋ। ਇਹ ਲੈ ਕੀੜਾ ਦੇਖਿਆ ਉਹਦੇ ਮੂੰਹ 'ਚ ਚੌਲ। ਕਹਿੰਦੇ ਮਹਾਰਾ ਇਹ ਕਿਨੇ ਚਲੇ ਗਿਆ। ਡੱਬੀ ਬੰਦ ਸੀ, ਏਅਰ ਟਾਈਟ ਵੀ ਕੀਤੀ ਸੀ। ਕਹਿੰਦੇ ਇਵੇਂ ਪਚਾ ਦੰਨਾ ਉਹਨਾਂ ਨੂੰ। ਜਿੱਥੇ ਵੀ ਕੋਈ ਬੈਠਾ। ਹਾਂਜੀ। ਉਹਦੀ ਇੰਟਰਨੈਟ ਦੇਖ ਲਓ। ਆ ਦੋਏ ਇੰਟਰ ਨੇ ਹੈਰਾਨ ਹੋਣੇ ਜੀ। ਉਦੀ ਇੰਟਰਨੈਟ ਕਿੰਨੇ ਜਲਦੀ ਐ ਕਿੱਥੇ ਬੈਠਾ ਚਲਾ ਰਿਹਾ ਐ ਐਸੇ ਕੌਤਖਾਨੂ ਕਰਨ ਵਾਲਾ ਹੈ ਦਿੱਤਾ ਪਹਿਨਣ ਖਾਣ ਪਹਿਨਣ ਨੂੰ ਖਾਣ ਨੂੰ ਜਿੱਥੇ ਵੀ ਕੋਈ ਹੈ ਉੱਥੇ ਉਹਨੂੰ ਉਸ ਤਰ੍ਹਾਂ ਦੀ ਖਾਹਾਕ ਪੋਸ਼ਾਕ ਦਿੰਦਾ ਹੈ ਆਪਣੇ ਦਾਸ ਕੇ ਆਪ ਪੈਜ ਰਾਖੇ ਜਿਹੜੇ ਉਹਦੇ ਦਾਸ ਬਣ ਗਏ ਲੋਕਾਈ ਵੇਰੀ ਉਹਨਾਂ ਦਾ ਬਰੋਧ ਬਹੁਤ ਕਰਦੇ ਐ ਕਬੀਰ ਦੀ ਅਮਰਿਸ਼ਕਾਮਨ ਕੇ ਗੰਗਾ ਚੜ ਦਿਤਾ ਗੰਗਾ ਸਾਨ ਗਰਗੰਬੀਰ ਜੰਜੀਰ ਬੰਨ੍ਹ ਕਰ ਕਰੇ ਕਬੀਰ ਔਰ ਕਹਿੰਦੇ ਜਲੇ ਛੁਟਿਆ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗ ਸ਼ਾਲਾ ਉੱਪਰ ਬੈਠੇ ਉਹ ਗੰਗਾ ਦੀਆਂ ਲਹਿਰਾਂ ਜੰਜੀਰਾਂ ਤੋੜ ਦਿਤਿਆਂ ਬਰਨ ਦੇਵਤਾ ਹੀ ਉਹਨਾਂ ਦਾ ਸੇਵਾਦਾਰ ਬਣ ਗਿਆ ਉਹ ਮੇਰੇ ਵਿਚਾਲੇ ਉਹ ਜੀ ਪਛਾਈ ਕਬੀਰ ਉਤੇ ਚੌਂਕੜਾ ਮਾਰੀ ਬੈਠਾ ਆਪਣੇ ਦਾਸ ਗੁਰਸਿੱਖਾਂ ਦਾ ਤਾਂ ਇਤਿਹਾਸ ਹੀ ਭਰਿਆ ਹੋਇਆ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੇ ਇੱਕ ਤੇ ਦਸਤਾਨ ਭਾਈ ਤਰਲੋ ਕੇ ਦਾ ਪੜ੍ਹ ਲਓ ਕੋਟਾਰੂ ਦਾ ਪੜ੍ਹ ਲਓ ਬਹੁਤ પ્રસੰਗ ਹੈਗੇ ਆਪਣੇ ਦਾਸ ਕੀ ਆਪ ਜਰਾਖੀ ਆਪਣੇ ਦਾਸਾਂ ਦੀ ਮਹਾਰਾਜ ਆਪ ਹੀ ਪੈਜ ਰੱਖਦੇ ਹਨ ਨਾਨਕ ਸਜ ਕੁਰਬਾਨ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਤੋਂ ਸਦਾ ਵਾਸਤੇ ਕੁਰਬਾਨ ਜਾਂਦੇ ਆ ਕਿ ਤੂੰ ਪਾਸ਼ਾ ਕਿਵੇਂ ਲਾਜ ਰੱਖਦਾ ਇੱਕ ਬਾਬਾ ਜਵਾਲਾ ਦੇ ਪ੍ਰੇਮੀ ਸੀ ਪਹਿਲਾਂ ਤੋਂ ਕਾਫੀ ਖੂਨਖਾਰ ਇਸ ਪਾਸੇ ਸੀ ਫਿਰ ਸੰਤਾਂ ਦੀ ਸੰਗਤ ਕਰਕੇ ਜੀਵਨ ਪਲਟ ਗਿਆ ਮਾਰੇ ਕਹਿਣ ਲੱਗੇ ਤੂੰ ਕਿਸੇ ਤੇ ਚੜ੍ਹਾਈ ਕਰਕੇ ਨਹੀਂ ਜਾਣਾ ਕਹਿੰਦੇ ਮਹਾਰਾਜ ਜੀ ਦੋਸ਼ਮਣੀ ਬਹੁਤ ਹੈ ਉਹ ਆ ਜਾਣ ਕਹਿੰਦੇ ਇਹ ਜਿੰਮੇਵਾਰ ਹੈ ਕਹਿਣ ਲੱਗੇ ਆਨੰਦਗੜ੍ਹ 5 ਸਾਲ 24 ਘੰਟੇ ਮੂਲ ਮੰਤਰ ਦਾ ਜਾਪ ਚਲਾਇਆ ਗੋਕੇ ਦੀ ਜੋਸ਼ ਸਮਗਰੀ ਦਾ ਤੂਫਾਨ ਬਨਾਰੀਅਲ ਪੂਰੀ ਬਿਧੀ ਨਾਲ ਸੰਸਾਰ ਦੇ ਭਲੇ ਲਈ ਆਨੰਦਗੜ੍ਹ ਸਾਹਿਬ ਪੇ ਤੂੰ ਹਰ 8ਵੇਂ ਦਿਨ ਐਤਵਾਰ ਨੂੰ ਜਿਵੇਂ ਅੱਜ ਪੇ ਗਾਇਆਂ ਰੱਖਦਾ ਤੇ ਘਿਓ ਗੋਕਾ ਲੈ ਕੇ ਆਉਣਾ ਜੋਤ ਲਈ ਤੇ ਬੱਟੀ ਬੱਟ ਕੇ ਮਾਂ ਪੁਰਖਾਂ ਨੇ ਆਪ ਪਾਈ ਇਹ ਅਠੀ ਦਿਨ ਹੀ ਜਾਂਦਾ ਘਿਓ ਲੈ ਕੇ ਤੇ ਅਸੀਂ ਕਈ ਵਰੀ ਆਪਣੀ ਚਿਤ్రਾਈ ਵਰਤਦੇ ਹਾਂ ਤੇ ਲੋ ਜੀ ਸੰਤਾਂ ਨੇ ਬੱਟੀ ਭਈ ਕਿਉਂ ਬੜਾ ਖਾਈ ਜਾਂਦੀ ਹੈ ਪੇਤੋਂ ਹੋ ਗਈ ਫਿਕਰ ਪਿਆ ਪਿਕੇ ਉਹ ਆਪੇ ਮਾਰੇ ਲਈ ਹੋਣਗੇ ਉਹਨੇ ਕੀ ਕੀਤਾ ਉਹ ਸੰਤ ਮਹਾਰਾਜ ਦੀ ਬੱਟੀ ਜਿਹੜੀ ਸੀ ਨਾ ਉਹ ਕੱਢ ਕੇ ਆਪ ਬੱਟ ਕੇ ਪਾ ਦਿੱਤੀ ਪਿਕੇ ਉਹ ਘੱਟ ਲੱਗਿਆ ਉਹ ਜਿਆਦਾ ਕਰੜੀ ਬੱਟਦੀ ਸੀ ਕਿ ਉਹ ਘੱਟ ਲੱਗਣ ਲੱਗ ਪਿਆ ਕਿ ਉਹ ਬਚਣ ਲੱਗ ਪਿਆ ਉਹ ਜਦੋਂ ਕਿ ਉਹ ਲੈ ਕੇ ਗਿਆ ਕਹਿੰਦੇ ਵੀ ਹੁਣ ਨਾ ਆਇਆ ਕਰ ਕਿ ਉਹ ਤਾਂ ਮਰਦੂ ਕਹਿੰਦੇ ਨੇ ਹੁਕਮ ਆ ਪਿਹਾਰ ਅਠਵੇਂ ਦਿਨ ਆਉਣਾ ਕਹਿੰਦੇ ਵੀ ਘੋਵ ਵਾਸਤੇ ਹੋਣਾ ਸੀ ਐਵੇਂ ਗੱਲੇ ਖਰਾਬ ਪਟਦਾ ਫਿਰਦਾ ਉਹਨਾਂ ਮਗਰ ਲੱਗ ਗਿਆ ਗਿਆ ਨਾ ਉਹ ਬਲਮਾਰ ਟੋਲਾ ਆ ਗਿਆ ਵੀ ਦੋ ਸਾਥੋਂ ਕੰਮ ਲੈੰਦਾ ਰਿਆਂ ਚੱਲ ਹੁਣ ਸਾਡੇ ਨਾਲ ਉਹ ਕਹਿੰਦਾ ਵੀ ਮਹਾਰਾਜ ਨੇ ਮੈਨੂੰ ਰੋਕਿਆ ਵੀ ਤੂੰ ਕਿਤੇ ਚੜਾਈ ਕਰਕੇ ਨਹੀਂ ਜਾਣਾ ਕਹਿੰਦੇ ਵੀ ਜਿੱਦਣ ਸਾਨੂੰ ਲੈ ਜਾਂਦਾ ਸੀ ਕਹਿੰਦੇ ਹਾਂ ਠੀਕ ਹੈ ਜਦੋਂ ਜਾਂਦਾ ਸੀ ਹੁਣ ਮੈਂ ਇਧਰੋਂ ਉਹਨਾਂ ਦੇ ਹੁਕਮ ਜਾ ਗਿਆ ਉਹ ਦੇ ਪਿਤਾ ਕੋ ਚਲ ਗਿਆ ਕਹਿੰਦੇ ਦੇਖੋ ਸਾਨੂੰ ਬਰਤਦਾ ਰਿਆ ਤੇ ਹੁਣ ਜਾਂਦਾ ਨਹੀਂ ਉਹ ਪਿਤਾ ਨੇ ਉਹਨੂੰ ਇੱਕ ਗੱਲ ਇਹੋ ਜੀ ਕਹੀ ਉਹ ਬੜੀ ਮੁਸ਼ਕਲ ਬਣ ਗਈ ਕਹਿੰਦੇ ਤੂੰ ਜਾਂਦਾ ਕਿਉਂ ਨਹੀਂ ਜੇ ਤੂੰ ਨਹੀਂ ਜਾਂਦਾ ਤੂੰ ਮੇਰਾ ਪੁੱਤ ਹੀ ਨਹੀਂ ਜਾਂਦਾ ਸਿੱਧਾ ਕਹਿੰਦਾ ਵੀ ਮੈਂ ਤਾਂ ਦਸਮ ਪਾਤਸ਼ਾਹ ਦਾ ਮਹਾਂਪੁਰ ਖਾਨ ਦਾ ਉਥੇ ਚੇਹ ਬਚਾ ਗਿਆ ਚਲੇ ਗਿਆ ਉਹਨੇ ਜੀ ਉਤੋਂ ਬੰਬ ਸੁਟੇ ਗਰਨੇਡ ਨੇਰੀ ਰਾਤ ਸੀ ਫੇਰ ਆਖਿਆ ਚੱਲੇ ਨਾ ਇਹਨਾਂ ਸਮਝਿਆ ਟੀਮਾਂ ਸੁਟਦੇ ਆ ਉਹ ਜਿਹੜੇ ਪੈਰ ਮਾਰਿਓ ਜਾ ਕੰਧੇ ਚੂਜਾਓ ਚੱਲ ਗਿਆ ਉਹਦੀ ਲੱਤ ਸਾਰੀ ਜਰ ਰਿਆਂ ਫਟੜ ਹੋ ਗਈ ਹੁਣ ਇਹ ਜਿਆ ਬੰਦੇ ਨੂੰ ਡਾਕਟਰ ਵੀ ਹਸਪਤਾਲ ਘਟੇ ਰੱਖਦੇ ਚਲੋ ਲੰਮੀ ਕਹਾਣੀ ਆ ਫੇਰ ਦਾਖਲ ਕਰਾਇਆ ਉਹ ਕੰਧੇ ਨੂੰ ਲੱਤ ਕੱਟਣੀ ਪੈਣੀ ਆ ਤਾਂ ਬਚੂਗਾ ਲੱਤ ਕੱਟੀ ਗਈ ਤੇ ਮਹਾਰਾਜ ਹੁਣੀ ਗਏ ਕਹਿੰਦਾ ਮਹਾਰਾ ਮੈਂ ਲੱਤ ਹੱਤੋਂ ਲੈਣੀ ਆ ਕਹਿੰਦੇ ਤੇਰਾ ਉਹ ਦਿਨ ਅਨੰਦਗੜ੍ਹ ਰੱਖਿਆ ਸੀ ਕਿਉਂ ਦਾਨਸ ਘਟਾ ਸਾਨੂੰ ਤੈਨੂੰ ਬਚਾਉਣ ਵਾਸਤੇ ਹੁਕਮ ਦੀ ਅਲੰਘਣਾ ਕੀਤੀ ਤੇ ਹੋਇਆ ਜੇ ਸ਼ਰਨ ਲੈ ਲਈਏ ਨਾ ਕਿੱਥੇ ਦਿਨ ਸੋਚਦੇ ਆ ਪਰ ਕਈ ਵਾਰੀ ਮੱਥਾ ਸਾਥ ਨਹੀਂ ਦਿੰਦਾ ਉਹ ਕਰਮ ਪਲਟਾ ਮਾਰ ਜਾਂਦਾ ਇਸ ਕਰਕੇ ਦਾਸ ਬਣ ਜਈਏ ਫੇਰ ਵੀ ਉਹ ਰੱਖਿਆ ਕਰਦੇ ਜਿੰਦਗੀ ਬਚ ਗਈ ਕਈ ਸਾਲ ਫਿਰ ਜਿੰਦਾ ਰਹਾ ਦਾਸ ਜਿਹੜਾ ਵੀ ਬਣ ਗਿਆ ਇਹ ਨਹੀਂ ਪੁਰਾਤਨ ਸਮੇਂ ਮੌਜੂਦਾ ਸਮੇਂ ਆਉਣ ਵਾਲੇ ਸਮੇਂ ਜਦੋਂ ਵੀ ਕੋਈ ਦਾਸ ਬਣੇਗਾ ਪਰਮਾਤਮਾ ਉਹਦੇ ਹੀ ਰੱਖਿਆ ਕਰਦੇ ਰਹਿੰਦੇ ਆਪਣੇ ਦਾਸ ਕੀ ਆਪ ਪਿਆ ਜਿ ਰਾਖੀ ਨਾਨਕ ਸਦ ਕੁਰਬਾਨ ਅਸੀਂ ਸੱਚੇ ਪਾਤਸ਼ਾਹ ਤੋਂ ਸਾਦਾ ਵਾਸਤੇ ਕੁਰਬਾਨ ਬਲਿਹਾਰ ਜਾਂਦੇ ਹਾਂ ਬਲਿਹਾਰੀ ਉਹ ਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੋ ਚੰਦਾ ਆਉਗ ਵੇ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬੈਨ ਕੋਰ ਅੰਧਾਰ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਮਾਰਾ ਕਿਰਪਾ ਕਰਨ ਇਹ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਨਵਾਸ ਕਰਨ ਬਾਬਾ ਜੀ ਦਾ ਚਲੇ ਤੱਕ ਆਏ ਆ ਮਾਨ ਇਥੇ ਨੂੰ ਬੀਧੀ ਤਾਂ ਬਣ ਗਈ ਹਨ ਜ ਲੈ ਜਾਂਦਾ ਨਾ ਤੇ ਪਰ ਚਲੋ ਫਿਰ ਵੀ ਗਿਆਨੀ ਜੀ ਨੇ ਡਿਊਟੀ ਦਿੱਤੀ ਹੈ ਸੰਗਤ ਨੇ ਵੀ ਪ੍ਰੇਮ ਆਪਣਾ ਪੂਰਾ ਕੀਤਾ ਹਾਜ਼ਰੀ ਦਿੱਤੀ ਤੇ ਸਰਦਾਰ ਸਾਹਿਬ ਵੀ ਅਜ ਥੋੜਾ ਲੇਟ ਹੋਗਾ ਤੇ ਬਾਕੀ ਮਾਰਨ ਬਹੁਤ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀ ਸਾਰਿਆਂ ਦੀ ਹਾਜ਼ਰੀ ਦਰ ਪਰਵਾਨ ਕਰਨ ਤੇ ਸਾਨੂੰ ਨਾਮ ਦਾਣ ਸਿੱਖੀ ਦਾਣ ਭਰੋਸਾ ਤੰਦਰੁਸਤੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ ਵਾਹਿਗੁਰੂ ਜੀ ਘਰਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ